ਐਸ ਪੰਜਾਬੀ ਦੇਖਦੇ ਹੋਏ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ ਮੈਂ ਤੁਹਾਡੀ ਹੋਸਟ ਆਸ਼ਮਿਤਾ ਅੱਜ ਸਪੈਸ਼ਲ ਜਿਹਾ ਪ੍ਰੋਗਰਾਮ ਤੁਹਾਡੇ ਨਾਲ ਲੈ ਕੇ ਆਏ ਹਾਂ ਆਫ ਕੋਰਸ ਅਕਸਰ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਕਰੰਟ ਇਵੈਂਟਸ ਬ੍ਰੇਕਿੰਗ ਨਿਊਜ਼ ਦੀ ਗੱਲ ਹੁੰਦੀ ਹੈ ਐਂਡ ਯੂ ਨੋ ਉਹ ਚੀਜ਼ ਸ਼ੇਅਰ ਕਰਨੀ ਬਹੁਤ ਹੀ ਇੰਪੋਰਟੈਂਟ ਹੈ ਬਟ ਕਦੀ ਕਵਾਰ ਸਾਨੂੰ ਬ੍ਰੇਕਿੰਗ ਐਂਡ ਕਰੰਟ ਨਿਊਜ਼ ਤੋਂ ਹਟ ਕੇ ਥੋੜ੍ਹੀ ਸਾਡੇ ਆਪਣੇ ਇਤਿਹਾਸ ਬਾਰੇ ਗੱਲ ਕਰਨੀ ਚਾਹੀਦੀ ਹੈ ਬਿਕੋਜ਼ ਇਤਿਹਾਸ ਤੋਂ ਹੀ ਤੁਸੀਂ ਲੈਸਨਸ ਸਿੱਖ ਕੇ ਆਪ ਦਾ ਫਿਊਚਰ ਸੁਧਾਰ ਸਕਦੇ ਹੋ ਆਪ ਦੀ ਅਗਲੀ ਜਨਰੇਸ਼ਨ ਦਾ ਫਿਊਚਰ ਸੁਧਾਰ ਸਕਦੇ ਹੋ ਐਂਡ ਆਫਕੋਰਸ ਸਾਡੇ ਲਈ ਤੁਹਾਡੇ ਲਈ ਆਈ ਐਮ ਸ਼ੋਰ ਸਭ ਤੋਂ ਇੰਪੋਰਟੈਂਟ ਚੀਜ਼ ਜਦੋਂ ਵੀ ਕੋਈ ਡਿਸਕਸ਼ਨ ਸ਼ੁਰੂ ਹੁੰਦੀ ਹੈ ਸਭ ਤੋਂ ਇੰਪੋਰਟੈਂਟ ਚੀਜ਼ ਸਾਡੇ ਸਾਰਿਆਂ ਲਈ ਆਫਕੋਰਸ ਪੰਜਾਬ ਦੇ ਮੁੱਦੇ 'ਤੇ ਆ ਰੁਕਦੀ ਹੈ ਇਟ ਇਜ਼ ਇੱਕ ਇਹੋ ਜਿਹਾ ਮੁੱਦਾ ਹੈ ਜਿਹਦੇ ਨਾਲ ਨਾ ਕਿ ਸਿਰਫ ਸਾਡੇ ਜਜ਼ਬਾਤ ਜੁੜੇ ਹਨ ਬਟ ਹਲੇ ਵੀ ਖਾਸ ਕਰਕੇ ਉਹ NRIs ਜੋ ਪੰਜਾਬ ਛੱਡ ਕੇ ਅਬਰੋਡ ਵੱਸ ਗਏ ਉਹਨਾਂ ਦੇ ਵਿੱਚ ਉਹਨਾਂ ਦੇ ਦਿਲਾਂ ਦੇ ਵਿੱਚ ਦਰਦ ਹੈ ਪੰਜਾਬ ਦਾ ਕਿ ਕਿਸ ਤਰ੍ਹਾਂ ਪੰਜਾਬ ਜੋ ਇੱਕ ਸੋਨੇ ਦੀ ਚਿੜੀ ਹੁੰਦੀ ਸੀ ਅੱਜ ਕੀ ਬਣ ਗਿਆ ਜੋ ਪੰਜਾਬ ਥਰਾਈਵਿੰਗ ਪੰਜਾਬ ਹੁੰਦਾ ਸੀ ਅੱਜ ਉਹ ਬੇਅਰਲੀ ਸਰਵਾਈਵਿੰਗ ਪੰਜਾਬ ਬਣ ਗਿਆ ਹੈ ਐਂਡ ਅਨਫੋਰਚੁਨੇਟਲੀ ਜਿਸ ਤਰ੍ਹਾਂ ਕੰਡੀਸ਼ਨਸ ਚੇਂਜ ਹੋ ਰਹੀਆਂ ਲੱਗਦਾ ਨਹੀਂ ਕਿ ਅਗਰ ਕੋਈ ਸੀਰੀਅਸ ਇੰਟਰਵੈਂਸ਼ਨ ਹੋਏ ਪੰਜਾਬ ਦੀ ਕਰੰਟ ਟ੍ਰਜੈਕਟਰੀ ਨੂੰ ਚੇਂਜ ਕਰਨ ਲਈ ਕਿ ਚੀਜ਼ਾਂ ਆਪ ਸੁਧਰਨਗੀਆਂ ਸੋ ਅੱਜ ਮੈਂ ਥੋੜ੍ਹੀ ਜਿਹੀ ਇਹਦੇ ਬਾਰੇ ਗੱਲ ਕਰਨਾ ਚਾਹੁੰਦੀ ਹਾਂ ਐਂਡ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੀ ਹਾਂ ਇਹ ਮੁੱਦਾ ਮੈਂ ਤੁਹਾਡੇ ਅੱਗੇ ਇਸ ਕਰਕੇ ਲੈ ਕੇ ਆਈ ਹਾਂ ਬਿਕੋਜ਼ ਸਾਡੀ ਕਮਿਊਨਿਟੀ ਵਿੱਚੋਂ ਇੱਕ ਇਹੋ ਜਿਹੇ ਇੰਡੀਵਿਜੂਅਲ ਨੇ ਮੈਨੂੰ ਕਿਹਾ ਆਸ਼ਮਿਤਾ ਇਸ ਮੁੱਦੇ 'ਤੇ ਮੈਂ ਗੱਲ ਕਰਨਾ ਚਾਹੁੰਦਾ ਇਸ ਮੁੱਦੇ 'ਤੇ ਮੈਂ ਰਿਸਰਚ ਕੀਤੀ ਹੈ ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਇਹ ਕੋਈ ਇੱਕ ਪ੍ਰੋਬਲਮ ਨਹੀਂ ਹੈਗੀ ਜੋ ਪੰਜਾਬ ਨੂੰ ਇੰਨੇ ਥੱਲੇ ਲੈ ਗਈ ਹੈ ਕਿੰਨੀ ਜ਼ਿਆਦਾ ਪ੍ਰੋਬਲਮ ਹੈਗੀ ਹੈ ਸਾਨੂੰ ਸਾਰਿਆਂ ਨੂੰ ਵੱਡੇ ਵੱਡੇ ਲੈਵਲ 'ਤੇ ਇਹ ਪ੍ਰੋਬਲਮਾਂ ਦਾ ਪਤਾ ਹੈ ਬਟ ਅੱਜ ਅਸੀਂ ਸਿਰਫ ਨਾ ਕਿ ਉਨ ਪ੍ਰੋਬਲਮਸ ਉਨ ਕਾਰਨਾਂ ਦੀ ਗੱਲ ਕਰਨੀ ਹੈ ਜਿਹਦੇ ਕਰਕੇ ਪੰਜਾਬ ਦੀ ਇੰਨੀ ਮਾੜੀ ਹਾਲਤ ਬਣ ਗਈ ਹੈ ਬਟ ਮੋਰ ਇੰਪੋਰਟੈਂਟਲੀ ਕੀ ਕਿਊਰਸ ਹੈਗੇ ਕੀ ਸੁਧਾਰ ਹੋ ਸਕਦਾ ਅਤੇ ਕਿਸ ਤਰ੍ਹਾਂ ਅਸੀਂ ਇੱਥੇ ਬਹਿ ਕੇ ਅਤੇ ਉੱਥੇ ਜੋ ਬੈਠੇ ਹਨ ਭਾਵੇਂ ਉਹ ਲੀਡਰਸ਼ਿਪ ਰੋਲਸ ਵਿੱਚ ਹੋਣ ਜਾਂ ਆਮ ਜਨਤਾ ਦੀ ਗੱਲ ਅਗਰ ਅਸੀਂ ਕਰਦੇ ਹਾਂ ਉਹ ਕੀ ਕਰ ਸਕਦੇ ਹਾਂ ਤਾਂ ਕਿ ਐਕਚੁਅਲੀ ਪੰਜਾਬ ਦੇ ਵਿੱਚ ਇੰਪਰੂਵਮੈਂਟ ਆਏ ਕੋਈ ਸੁਧਾਰ ਹੋਏ ਪੰਜਾਬ ਦਾ ਬਚਾਓ ਹੋਏ ਸੋ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਅੱਜ ਦੇ ਗੈਸਟ ਨੂੰ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹੋਏ ਆਲਵੇਜ਼ ਅ ਪਲੇਜ਼ਰ ਟੂ ਹੈਵ ਯੂ ਜੁਆਇਨਿੰਗ ਅਸ ਫਰੋਮ ਕੈਲੀਫੋਰਨੀਆ ਡਾਕਟਰ ਸੁਖਮੰਦਰ ਸਿੰਘ ਡਾਕਟਰ ਸੁਖਮੰਦਰ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ ਸਤਿ ਸ਼੍ਰੀ ਅਕਾਲ ਡਾਕਟਰ ਸੁਖਮੰਦਰ ਜੀ ਸਭ ਤੋਂ ਪਹਿਲੇ ਮੈਨੂੰ ਯੂ ਨੋ ਸ਼ੋਰਿਟੀ ਹੈ ਕਿ ਸਾਰੇ ਸਾਡੇ ਵਿਊਅਰਸ ਤੁਹਾਡੇ ਨਾਲ ਬਹੁਤ ਹੀ ਵਾਕਿਫ ਹਨ ਬਟ ਜਿਹਨਾਂ ਨੂੰ ਨਹੀਂ ਪਤਾ ਆਈ ਵਾਂਟ ਦੈਮ ਟੂ ਨੋ ਯੂ ਆਰ ਕਰੰਟਲੀ ਦ ਕੋ ਐਸੋਸੀਏਟ ਡੀਨ ਆਫ ਦ ਸਕੂਲ ਆਫ ਇੰਜੀਨੀਅਰਿੰਗ ਐਜ਼ ਵੈਲ ਐਜ਼ ਅ ਪ੍ਰੋਫੈਸਰ ਆਫ ਸਿਵਲ ਇੰਜੀਨੀਅਰਿੰਗ ਐਟ ਸਾਂਟਾ ਕਲਾਰਾ ਯੂਨੀਵਰਸਿਟੀ ਯੂ ਨੋ ਯੂ ਹੈਵ ਏ ਵੈਰੀ ਲੌਂਗ ਐਂਡ ਸਟੋਰੀਡ career in academia but jo academics and hard sciences the study hegi us to hatke tuhanda interest tuhanda lagav punjab te sikh history de naal sade sabhyachar de naal reha hai you know us cheez nu tusi hamesha is manch te aake sade naal sade viewers naal share karde ode layi thank you so much always an honor to have you on the show dr sukhmandar ji ਡਾਕਟਰ ਸਾਹਿਬ ਮੈਂ ਵਿਊਅਰਸ ਨੂੰ ਜਿਸ ਤਰ੍ਹਾਂ ਦੱਸ ਰਹੀ ਹਾਂ ਅਸ਼ਮਿਤਾ ਇੱਕ ਸੈਕਿੰਡ ਬਾਈ ਦ ਵੇ ਯੂ ਨੋ ਆਈ ਐਮ ਨਾਟ ਐਸ ਮਚ ਅ ਸਿੱਖ ਹਿਸਟੋਰੀਅਨ ਐਸ ਅ ਰਿਸਰਚਰ ਜੀ ਕਿਉਂਕਿ ਮੈਨੂੰ ਨਾ ਐਸ ਯੂ ਟੋਲਡ ਯੂ ਆਈ ਹੈਵ ਬੀਨ ਅ ਵਿਜ਼ਿਟਿੰਗ ਫੈਕਲਟੀ ਕੈਂਬਰਿਜ ਯੂਨੀਵਰਸਿਟੀ ਉੱਥੇ ਜਾ ਕੇ ਮੈਨੂੰ ਆਪਣੀ ਪਿਛਲੀ ਹਿਸਟਰੀ ਫੋਲਣੀ ਪਈ ਵੀ ਅਸੀਂ ਗੁਲਾਮ ਕਿਉਂ ਹੋਏ ਤੇ ਇੱਥੇ ਕੀ ਹੋਏ ਸੋ ਇਨ ਦੈਟ ਪੁਆਇੰਟ ਆਫ ਵਿਊ ਆਈ ਐਮ ਮੋਰ ਲਾਈਕ ਅਕੈਡਮਿਸ਼ੀਅਨਸ ਰਾਦਰ ਦੈਨ ਸਿੱਖ ਹਿਸਟੋਰੀਅਨਸ ਇਹ ਬੜਾ ਵੱਡਾ ਟਾਈਟਲ ਹੈ ਜੀ ਮੈਂ ਤਾਂ ਡਿਜ਼ਰਵ ਨਹੀਂ ਕਰਦਾ ਡਾਕਟਰ ਸਾਹਿਬ ਇਟਸ ਜਸਟ ਅ ਲਿਟਲ ਥਿੰਗ ਯੂ ਹੈਵ ਸਪੋਕਨ ਲਾਈਕ ਅ ਟਰੂ ਮੈਨ ਆਫ ਸਾਇੰਸ ਕਿ ਇੱਕ ਇੱਕ ਫੈਕਟ ਤੇ ਤੁਸੀਂ ਜਿਹਦਾ ਕਹਿੰਦੇ ਨਾ ਯੂ ਆਰ ਸੋ ਮੈਟੀਕਿਊਲਸ ਐਂਡ ਆਈ ਅਪਰੀਸ਼ੀਏਟ ਦੈਟ ਸਿੱਖ ਰਿਸਰਚਰ ਆਈ ਕਰੈਕਟ ਮਾਈਸੈਲਫ ਥੈਂਕ ਯੂ ਸੋ ਮਚ ਡਾਕਟਰ ਸਾਹਿਬ ਜਿਸ ਤਰ੍ਹਾਂ ਮੈਂ ਵਿਊਅਰਸ ਨੂੰ ਦੱਸ ਰਹੀ ਸੀ ਤੁਸੀਂ ਰੀਸੈਂਟਲੀ ਸਾਡੀ ਗੱਲ ਹੋਈ ਐਂਡ ਵੀ ਵਰ ਟਾਕਿੰਗ ਅਬਾਊਟ ਜੋ
यू नो चीज़ा पंजाब नू प्लेग कर रही हैं थले लैके जा रही हैं एंड की उन्हों का सुधार की उन्हों का क्योर हो सकता द कॉजेज एंड द क्योरस राइट एंड यू पुट टुगेदर दिस अमेजिंग प्रेजेंटेशन जो तुसी मेरे नाल शेयर की एंड दस दिस प्रोग्राम वॉज पुट टुगेदर सो डॉक्टर साहब बिफोर वी गैट जो साडा अज मेन मुद्दा हैगा उस पास जाने तो पहले थोड़ा जा मैं तुहाडे नाल टाइम लैके कुछ इन कॉजेज बारे गल करना चाहती हूँ बिकॉज हरेक नूं अपने परस्पेक्टिव तो शायद एक दो तीन चीज़ा दिसदियां कि शायद ये कारण है वो कारण है बट देयर इज़ अ लिस्ट देयर इज़ अ वेरी स्पेसिफिक लिस्ट दैट यू हैव पुट टुगेदर सो लेट्स स्टार्ट विद दैट डॉक्टर साहब स्टार्टिंग विद जो मेन कारण हैगे जिहदे करके पंजाब दी डिटीरियरेशन हुई है की तुसीं कहोगे ये कारण हैगे देखो जी मेन कारण तो हैगा करप्ट पावर सिस्टम देर आर अदर कारण्स टू माफिया हैगा यू नो और करप्ट ब्यूरोक्रैट्स एंड पॉलिटिशियन भी है आई डोंट मीन से एवरीबॉडी देर आर मेनी ऑनेस्ट पीपल बट द क्वेश्चन इज दिस के उन्होंने करके और एक्चुअली यू नो इन सिंपलिस्टिक लैंग्वेज बंदा कहे यार पंजाब दी इकॉनमी एंड पंजाब हेल्थ इज रियूम्ड नाउ टिल एज इफ टुडे दिस इज द करंट सिचुएशन इज दिस लोग पंजाब छड़ के भज के जा रहे हैं कोई तो रहने राज नहीं आ कोई कहता कि ये किसानों का कसूर है कि ये स्टूडेंट्स का कसूर है पढ़ लिखे कि ये कोई इंडस्ट्री का कसूर है कि ये कोई होर सोशल ईवल का कसूर है क्योंकि देर इज ए कंटीन्यूअस डी जनरेशन ऑफ सोशल कल्चरल रिलीजियस वैल्यूज टू जो इन्होंने सोचते हैं तो एकदम आके कहते ना किसान कुछ कोई कसूर नहीं किसान कितने कोई कसूर नहीं तो गल मुड़ मुड़ के इतने आ जाती है कि जिन्होंने साड़ी इकानमी हैंडल की है उन्होंने कुछ ना कुछ कोई गड़बड़ की है सो इस करके असी सब तो ज्यादा जिम्मेवार तो उन्होंने ठहरावे Of course, there's a drug mafia, the sand mafia, and those mafia, then the others too. But main gal ethe aake mukdi hai ki as well poster lage hoye Punjab ch ke Punjab de uppe 3 lakh crore da karza hai. Pichle 20-24 saal se pehla assi plus sige. Hun as vele ye inne lakh crore da karza chad gaya ta koi karan te hona hai na jinna de डॉक्टर साहब जस्ट अ क्विक इंट्रोडक्शन इन्ने वड्डे कर्जे ते किन्ना क इंटरेस्ट पंजाब स्टेट पे कर रही है ऑन द रेगुलर इन्ने ते हर साल सानू 20000 करोड़ रुपए दा इंटरेस्ट देना पैंदा है ते 20000 करोड़ रुपए दे डॉलर बनाइए तो 1.7 बिलियन डॉलर्स बनदे ने साडी पंजाब गवर्नमेंट नू हर साल 1.7 बिलियन डॉलर सिर्फ ਜਿਹੜਾ ਉਹ ਸੂਦ ਹੈ ਜਾਂ ਇੰਟਰਸਟ ਹੈ ਉਹ ਦੇਣਾ ਪੈਂਦਾ ਤੁਸੀਂ ਹੁਣ ਇਮੇਜਿਨ ਕਰੋ ਕਿ ਸਾਡੇ ਕੋਲ ਕੀ ਹੈ ਕੁਛ ਕਰਨ ਨੂੰ ਇਹੀ ਗੱਲ ਹੈ ਕਿ ਅੱਜ ਅਸੀਂ ਇਸ ਤੇ ਸੋਚਣਾ ਪੈਣਾ ਵੀ ਕਰੀਏ ਤੇ ਕੀ ਕਰੀਏ ਬਹੁਤ ਥੱਲੇ ਲੱਗ ਚੁੱਕੇ ਹਾਂ ਔਰ ਇਹਨੂੰ ਇੰਨੇ ਕਾਫੀ ਨਹੀਂ ਕਿ ਪ੍ਰੋਮਿਸ ਕਰੀ ਚਲੋ ਇਹ ਕਰ ਦਾਂਗੇ ਉਹ ਕਰ ਦਾਂਗੇ ਉਹ ਕਰ ਦਾਂਗੇ ਸਾਡੇ ਕੋਲ ਸਾਧਨ ਕਿਹੜੇ ਨੇ जी जी डॉक्टर साहब यू नो एक कहावत है कि इंग्लिश दी ओदे विच एक वल्गर टर्म है मैं उन्हें यूज़ नहीं करांगी बट बेसिकली जो कोई माड़ी चीज़ हुंदी है इट फ्लोज डाउन हिल उत्तों शुरू होके वह थले नू डिगदी है राइट सो पंजाब दे विच जो कुछ लीडरशिप हाई लैवल ते डिसीजनस लिते गए ओवर द कोर्स ऑफ पिछले किन्ने साल किन्ने डेकेड्स की अगर असी गल करते हैं वो करके अज पंजाब का एक एक रहन वाला रेजिडेंट सिटीजन सफर कर रहा है यू नो सो समथिंग अबाउट लीडरशिप ऑफकोर्स चेंज वो आना चाहिए लीडरशिप का जो स्ट्रक्चर जिस तरह तुम कह रहे थे आई मीन इफ वी टॉक अबाउट द डेट अलोन यू वर टेलिंग मी बिफोर कि तुम पेंशन ही लै लो तुम इलेक्टेड ऑफिशियल के टैक्सिज ही लै लो इस कंट्री के अमेरिका के हरेक इलेक्टेड ऑफिशियल लाइक एनी अदर सिटीजन आप ने टैक्सेस खुद पे कर दे है राइट इट्स नॉट द सेम इन पंजाब ना जी ना तुसी हैरान होंगे कि एक्चुअल डाटा मैं इकट्ठा करने की कोशिश की है कि बिटवीन 60-70% जेड़ा पैसा पंजाब दा रेवेन्यू इकट्ठा होता साल दा ए 60-70% तक जांदा हैगा इना एमएलए ऑफिसर्स ओनली सैलरी पे करते ऑन टॉप ऑफ इट जेडे फ्रिल्स एंजॉय करदे ने फ्री एयर ट्रैवल फ्री हेल्थ थिंग free house
और अपना इनकम टैक्स भी इन्हों का गवर्नमेंट पे करती है। इतने जिन्हें कांग्रेसमैन ने सैनेटर ने जो इनकम होंगी अपना इनकम टैक्स आप पे करते हैं, नहीं जिन्हें विधायक है जिन्हें एम एल ए जो उनका इनकम टैक्स गवर्नमेंट देती है। फिर देखो क्योंकि मेडिकल फी है, तुम हैरान हो गए पी जी आई तो ईयरली बिल कट्ठा करो साढ़े इन्होंने निका जहा बीमार होंगे कोई वाइफ या बंदा आव चल पी जी आई करोड़ों रुपये बिल है। फिर एक और देखो एक एम एल ए फर्ज करो अपना पांच साल पूरा करके चला गया उन्हें पेंशन लग गई दोबारा फिर एम एल ए बन गया और फिर पेंशन लग गई आराम जिते कि लोग भुखे मर रहे हैं सुइसाइड हो रही है उसके पास फिर इनिया ज्यादा जाब्स मोर डी आई जी मोर आई जी मोर अफसर और हरेक दे कोले दैट लार्ज कंटीजेंट ऑफ सिक्योरिटी स्टाफ पासे लगे हुए ऑफ कोर्स तुसी इमेजिन तो पैसा सर को किथे बचया पंजाब दी इकॉनमी सुधारन दा पंजाब दी एस वेले पंजाब दे विच देयर आर सफरिंग फार्मर्स देयर आर अनएम्प्लॉयड अनएम्प्लॉयड यूथ एंड स्टूडेंट्स there are under functioning schools and hospitals ji the punjab land air and water is polluted yeah that is the current state of punjab yeah. ਡਾਕਟਰ ਸਾਹਿਬ ਤੁਸੀਂ ਕੁਛ ਯੂ ਨੋ ਤੁਸੀਂ ਵਿਕਟਮਸ ਲਿਸਟ ਕੀਤੇ ਰਾਈਟ ਬਿਕਾਜ਼ ਵਿਕਟਮਸ ਨਾ ਕਿ ਸਿਰਫ ਇੰਡੀਵਿਜੂਅਲਸ ਜੋ ਰਹਿਣ ਵਾਲੇ ਹੈਗੇ ਜੋ ਕਿਸਾਨ ਹਨ ਜੋ ਅਗਲੀ ਪੀੜ੍ਹੀ ਹੈ ਜਿਨ੍ਹਾਂ ਲਈ ਨਾ ਇੰਪਲੋਇਮੈਂਟ ਨਾ ਐਜੂਕੇਸ਼ਨ ਨਾ ਹੈਲਥ ਕੇਅਰ ਦੇ ਪ੍ਰੋਸਪੈਕਟਸ ਹੈਗੇ ਬਟ ਵਨ ਆਫ ਦ ਵਿਕਟਮਸ ਇਜ਼ ਦੀ ਇਨਵਾਇਰਮੈਂਟ ਰਾਈਟ ਪੰਜਾਬ ਦਾ ਵਾਟਰ ਲੈਵਲ ਕਿੰਨਾ ਥੱਲੇ ਡਿੱਗ ਗਿਆ ਪੰਜਾਬ ਦੀ ਸੋਇਲ ਕਿੰਨੀ ਪੈਸਟੀਸਾਈਡਸ ਤੋਂ ਓਵਰਫਲੋ ਕਰ ਰਹੀ ਹੈ ਆਈ ਮੀਨ ਦੀ ਇਨਵਾਇਰਮੈਂਟ ਇਜ਼ ਸਫਰਿੰਗ ਜਸਟ ਐਜ਼ ਮਚ ਏਅਰ ਕੁਆਲਿਟੀ ਲਿਸਟ ਇਜ਼ ਆਨ ਐਂਡ ਆਨ ਇਨਫਰਾਸਟ੍ਰਕਚਰ ਵੀ ਪੰਜਾਬ ਤੋਂ ਨਿਕਲ ਗਿਆ ਸੋ ਦ ਲਿਸਟ ਆਫ ਵਿਕਟਮਸ ਇਜ਼ ਲੋਂਗ ਐਜ਼ ਵੈਲ ਕਿਤੇ ਨਾ ਕਿਤੇ ਜ਼ਰੂਰ ਇੱਥੇ ਜੋ ਵੋਟਰਸ ਹਨ ਉਹਨਾਂ ਦੀ ਵੀ ਰਿਸਪੋਂਸੀਬਿਲਿਟੀ ਦੀ ਗੱਲ ਕਰਨੀ ਬਣਦੀ ਹੈ ਐਂਡ ਆਫਕੋਰਸ ਦੈਟ ਵਿਲ ਲੀਡ ਅਸ ਇਨ ਟੂ ਸਮ ਆਫ ਦ ਕਿਊਰਸ ਇੱਥੇ ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕਦੇ ਹਾਂ ਡਾਕਟਰ ਸੁਖਮੰਦਰ ਸਿੰਘ ਜੀ ਇਸ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਵਿਊਅਰਸ ਤੁਸੀਂ ਵੀ ਜੁੜੇ ਰਹੋ ਮਿਲਦੇ ਹਾਂ ਬ੍ਰੇਕ ਤੋਂ ਉਸ ਪਾਰ ਬ੍ਰੇਕ ਤੋਂ ਬਾਅਦ ਮੁੜ ਹਾਜ਼ਰ ਹੋਏ ਤੁਸੀਂ ਵੇਖ ਰਹੇ ਹੋ ਅੱਜ ਦਾ ਮੁੱਦਾ ਤੇ ਗੱਲ ਹੋ ਰਹੀ ਹੈ ਪੰਜਾਬ ਦੀ ਪੰਜਾਬ ਦੇ ਵਿੱਚ ਕੀ ਕੁਛ ਕਾਰਨ ਸੀਗੇ ਜਿਹਦੇ ਕਰਕੇ ਪੰਜਾਬ ਇੰਨਾ ਡਿੱਗ ਪਿਆ ਅਤੇ ਕਿਸ ਤਰ੍ਹਾਂ ਇਹਨੂੰ ਅਸੀਂ ਇੱਕ ਵਾਰੀ ਫਿਰ ਅਪਲਿਫਟ ਕਰ ਸਕਦੇ ਹਾਂ ਇਹਦੇ ਨਾਲ ਇਸ ਟੋਪਿਕ 'ਤੇ ਸਾਡੇ ਨਾਲ ਬਹੁਤ ਹੀ ਇੰਪੋਰਟੈਂਟ ਡੇਟਾ ਜਾਣਕਾਰੀ ਰਿਸਰਚ ਸ਼ੇਅਰ ਕਰਨ ਲਈ ਸਾਡੇ ਨਾਲ ਜੁੜੇ ਹਨ ਡਾਕਟਰ ਸੁਖਮੰਦਰ ਸਿੰਘ ਜੀ ਡਾਕਟਰ ਸੁਖਮੰਦਰ ਜੀ ਤੁਹਾਡਾ ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ ਬ੍ਰੇਕ ਤੋਂ ਪਹਿਲੇ ਅਸੀਂ ਵੇਰੀਅਸ ਕੋਜ਼ਸ ਕਾਰਨਾਂ ਦੀ ਗੱਲ ਕਰ ਰਹੇ ਸੀ ਜਿਹਦੇ ਕਰਕੇ ਪੰਜਾਬ ਦੀ ਅੱਜ ਇਹ ਹਾਲਾਤ ਬਣ ਚੁੱਕੀ ਹੈ ਐਂਡ ਆਫਕੋਰਸ ਯੂ ਨੋ ਇਟ ਸਟਾਰਟਸ ਫਰੋਮ ਦ ਟਾਪ ਲੀਡਰਸ਼ਿਪ ਜੋ ਕਰਪਟ ਪਾਵਰ ਸਟਰਕਚਰ ਹੈਗਾ ਉਹਦੇ ਨਾਲ ਇਹ ਸਾਰੀ ਚੀਜ਼ਾਂ ਦੀ ਸ਼ੁਰੂਆਤ ਹੁੰਦੀ ਹੈ ਬਟ ਉਹ ਇੱਕ ਜਿੱਦਾਂ ਆਕਟੋਪਸ ਦੇ ਟੈਂਟੀਕਲਸ ਹੁੰਦੇ ਆ ਉਹ ਫੈਲ ਗਈ ਹੈ ਚੀਜ਼ ਹੁਣ ਉਹ ਕਰਪਟ ਪਾਵਰ ਸਟਰਕਚਰ ਹੈਲਥ ਕੇਅਰ ਨੂੰ ਵੀ ਇਕੋਨਮੀ ਨੂੰ ਵੀ ਐਜੂਕੇਸ਼ਨ ਨੂੰ ਵੀ ਇਨਵਾਇਰਮੈਂਟ ਨੂੰ ਸਾਰੀ ਚੀਜ਼ਾਂ ਨੂੰ ਇਫੈਕਟ ਕਰਦਾ ਸੱਭਿਆਚਾਰ ਭਾਵੇਂ ਲਿਕਰ ਹੋਏ ਭਾਵੇਂ ਇੰਡਸਟਰੀ ਹੋਏ ਬਟ ਇੰਡਸਟਰੀ ਇਜ਼ ਵਨ ਥਿੰਗ ਯੂ ਨੋ ਜਿਹਦੇ ਨਾਲ ਇਟਸ ਡਬਲ ਡੈਮੇਜ ਹੋ ਰਿਹਾ ਨਾ ਕਿ ਇਕੋਨਮੀ ਦਾ ਨੁਕਸਾਨ ਹੋ ਰਿਹਾ ਬੇਰੁਜ਼ਗਾਰੀ 'ਤੇ ਇੰਪੈਕਟ ਪੈ ਰਿਹਾ ਬਟ ਆਫਕੋਰਸ ਇਜ਼ ਚੇਂਜਿੰਗ ਦ ਲੈਂਡਸਕੇਪ ਆਫ ਦ ਕਾਇੰਡ ਆਫ ਸਟੇਟ ਪੰਜਾਬ ਯੂਜ਼ ਟੂ ਬੀ ਇਸ ਇਨਫਰਾਸਟ੍ਰਕਚਰ ਬਾਰੇ ਖਾਸ ਕਰ ਜਿੱਦਾਂ ਫੈਕਟਰੀਜ਼ ਹੁੰਦੀਆਂ ਸੀ ਮੈਨੂਫੈਕਚਰਿੰਗ ਹੁੰਦੀ ਸੀ ਇਹਦੇ ਬਾਰੇ ਤੁਹਾਡੇ ਕੋਲ ਕੀ ਰਿਸਰਚ ਹੈਗੀ ਡਾਕਟਰ ਸੁਖਮੰਦਰ ਜੀ ਤੁਸੀਂ ਮੈਨੂਫੈਕਚਰਿੰਗ ਦੀ ਗੱਲ ਕੀਤੀ ਹੈ 127 ਟੈਕਸਟਾਈਲ ਮਿਲਸ ਪੰਜਾਬ 'ਚ ਹੁੰਦੇ ਸੀਗੇ ਇਸ ਵੇਲੇ ਸਿਰਫ 27 ਰਹਿ ਗਏ ਨੇ 150 ਫੈਕਟਰੀਆਂ ਗੋਬਿੰਦਗੜ੍ਹ 'ਚ ਹੁੰਦੀਆਂ ਸੀਗੀਆਂ ਅਤੇ ਗੋਬਿੰਦਗੜ੍ਹ ਅਤੇ ਲੁਧਿਆਣੇ ਦੀਆਂ ਫੈਕਟਰੀਆਂ ਨੂੰ ਮਿਲਾ ਕੇ ਟੋਟਲ 1500 ਫੈਕਟਰੀਆਂ ਸਨਗੀਆਂ ਇਸ ਵੇਲੇ 30% ਰਹਿ ਗਈਆਂ ਹੀਰੋ ਸਾਈਕਲ ਆਸਵਾਲ ਔਰ ਕਿਉਂਕਿ ਹਿਮਾਚਲ ਅਤੇ ਹਰਿਆਣਾ ਉਹ ਬਿਜਲੀ ਦੇ ਹੋਰ ਫੈਸਿਲਿਟੀ ਦੇ ਰਹੇ ਹੈ ਸਾਡੇ ਕੋਲ ਕੰਟਰੀ 'ਚ ਬਿਜਲੀ ਸਪਾਈ ਹੈ ਨਹੀਂ ਗੀ ਇੱਕ ਹਿਮਾਚਲ ਦੇ ਬੰਦੇ ਨੇ ਦੱਸਿਆ ਕਹਿੰਦਾ ਜੀ ਜਿਹੜਾ ਹੈ ਨਾ ਹਿਬਲ ਇੰਡਸਟਰੀਅਸ ਕਹਿੰਦਾ ਪੰਜਾਬ ਤਾਂ ਜਿੱਥੋਂ ਦੇ ਰਿਹਾ ਨਾ ਵੀ ਇੰਡਸਟਰੀ ਲਾਉਣ ਲਈ ਉਹ ਲੱਗਦੀ ਹੈ ਰੁੱਖੀ ਸੁੱਕੀ ਰੋਟੀ ਅਤੇ ਜਿਹੜਾ ਹਿਮਾਚਲ ਦੇ ਰਿਹਾ ਇੱਕ ਇੰਡਸਟਰੀ ਬੰਦਾ ਜਿਹਨੇ ਇੰਡਸਟਰੀ ਲਾਉਣੀ ਸੀਗੀ ਕਹਿੰਦਾ ਮੈਂ ਇੰਡਸਟਰੀ ਲਾਉਣਾ ਚਾਹੁੰਦਾ ਜੇ ਮੈਂ ਪੰਜਾਬ ਵੱਲ ਦੇਖਦਾ ਨਾ ਤਾਂ ਮੈਨੂੰ ਲੱਗਦਾ ਪੰਜਾਬ ਤਾਂ ਮੈਨੂੰ ਨਾ ਰੁੱਖੀ ਸੁੱਕੀ ਰੋਟੀ ਦੇ ਰਿਹਾ ਪਰ ਹਰਿਆਣਾ ਅਤੇ ਹਿਮਾਚਲ ਜਿਵੇਂ ਨਾ ਘਿਓ ਲੱਗਿਆ ਮੱਖਣ ਲੱਗਿਆ ਉਹ ਦੇ ਰਿਹਾ ਉਹ ਇੰਨੇ ਸੋ ਮਚ ਸੋ ਲੈਟ ਮੀ ਕੱਟ ਦ ਲਾਂਗ ਸਟੋਰੀ ਸ਼ਾਰਟ ਇਸ ਵੇਲੇ
Haryana has become a manufacturing state and Punjab is a consumer state. ਅਸੀਂ ਸ਼ੋਅ ਅਪ ਕਰਨ ਚ ਮੈਕਸੀਮਮ ਮਰਸੀਡੀਜ਼ ਅਸੀਂ ਖਰੀਦਦੇ ਹਾਂ, ਟੈਲੀ ਅਸੀਂ ਖਰੀਦਦੇ ਹਾਂ, ਹੋਰ ਅਯਾਸ਼ੀ ਚੀਜ਼ਾਂ ਅਸੀਂ ਖਰੀਦਦੇ ਹਾਂ, ਲੇਕਿਨ ਕਦੇ ਇਹ ਨਹੀਂ ਸੋਚਦੇ ਕਿ ਆਉਂਦੀਆਂ ਕਿੱਥੋਂ ਹੈ, ਕਿ ਇਹਨਾਂ ਚੀਜ਼ਾਂ ਦੇ ਬਾਈ ਕਰਨ ਨਾਲ ਅਸੀਂ ਕਿਹੜੀ ਇੰਡਸਟਰੀ ਇਨਕਰੇਜ ਕਰ ਰਹੇ ਹਾਂ, ਸਾਡੀ ਇੰਡਸਟਰੀ ਕਲਤੀ। ਇਸ ਕਰਕੇ ਨਾ ਇਹ ਇੱਕ ਡਬਲ ਐਚ ਸੋਰਡ ਹੈ। ਦੇਰ ਇਜ਼ ਅ ਮੋਰ ਥਿੰਗਸ ਟੂ ਇਟ। ਇੱਕ ਚੀਜ਼ ਹੋਰ ਲੈ ਲਓ, ਫਾਰ ਐਗਜ਼ਾਮਪਲ ਕੰਕਰੀਟ ਹੁੰਦਾ ਨਾ ਤੁਹਾਨੂੰ 1965 ਦੇ ਵਿੱਚ ਇੰਡੀਆ ਵਾਜ਼ ਡੈਫੀਸ਼ੀਟ ਇਨ ਫੂਡ ਗ੍ਰੇਨਸ 1965 ਜੀ। ਇਹ ਬੈਗ ਕਰਨ ਗਏ ਸੀ, ਇੱਥੇ ਜਾਂਦੇ ਸੀ USA 'ਚ, ਉਦੋਂ ਜਾਨਸਨ ਹੁੰਦਾ ਸੀ ਪ੍ਰੈਜ਼ੀਡੈਂਟ ਜੀ। ਉਹ ਕਹਿੰਦਾ ਵੀ ਮੈਂ ਤੁਹਾਨੂੰ 10 million metric tons ਤੱਕ ਦੇ ਸਕਦਾ ਹੈਗਾ, ਪਰ ਖਰੀਦ ਸਕਦੇ ਹੋ, ਪਰ ਲੇਕਿਨ ਇੰਡੀਆ ਦੇ ਰਿਜ਼ਰਵ ਦੇ ਵਿੱਚ, ਫਾਰਨ ਰਿਜ਼ਰਵ, ਸਿਰਫ 7 million metric ton ਬਾਈਕਾਂ ਦੀ ਤਮੰਨਾ ਸੀਗੀ, 3 ਹਲੇ ਬਚਦੇ ਸੀ। ਇਹ ਕਹਿੰਦੇ ਬੈਕ ਕਰਕੇ ਜਾਨਸਨ ਨੂੰ, ਅਸੀਂ ਭੁੱਖੇ ਮਰ ਜਾਂਗੇ, 3 ਹੋਰ ਦਿਓ ਸਾਨੂੰ। ਦੇਖੋ ਸਟੇਟ ਹੁਣ PL4 ਸ਼ੁਰੂ ਹੋਈ ਉਹਤੋਂ ਬਾਅਦ ਜੀ। ਉਹਦੇ ਨਾਲ ਕੀ ਹੋਇਆ ਕਿ ਇਹਨਾਂ ਨੂੰ ਚਾਹੀਦੀ ਸੀ ਕਣਕ ਅਤੇ ਝੋਨੇ, ਅਤੇ ਉਹਦੇ ਖਾਤਰ ਮਿਨੀਮਮ ਪ੍ਰਾਈਸ ਦੇ ਦਿੱਤੀ। ਅਸੀਂ ਉਹ ਸਿਰ ਸੁੱਟ ਕੇ ਇਸ ਤਰ੍ਹਾਂ ਲੱਗੇ ਰਹੇ, ਤੁਹਾਨੂੰ ਸਟੋਰੀ ਸਭ ਨੂੰ ਪਤਾ ਹੈਗਾ ਕਿ ਅਸੀਂ ਮਤਲਬ ਉਹ ਚੱਲਦੇ ਰਹਿੰਦੇ ਨੇ। ਪੰਜਾਬ ਦੇ ਫਾਰਮਰ ਹੈਵ ਓਵਰ ਯੂਜ਼ਡ ਪੈਸਟੀਸਾਈਡਸ, ਟਰੈਕਟਰਸ ਐਂਡ ਟਿਊਬਵੈਲਸ। Even the tractors, Dr. Saab, because you see a consumer condition di gal kiti, right? Jidda kehnde na lat chadar veh ke pasarni chahidi hai, a tractor di vi kal, it's a mindset thing, right? Tractors nu over consume kita, kis tarah kita ja reha hai, if you can share with us. Dekho tusi dassa, actually that do te, I mean, everybody knows about this, you know, kyunki asi ki kita, ਜਿਹੜੀ ਸਦੀਆਂ ਤੋਂ ਕਣਕ ਜਿਹੜੀ ਕਿ ਪੰਜਾਬ 'ਚ ਹੁੰਦੀ ਆਈ ਸੀ, ਜਿਹਦੇ ਕੋਲ ਇਮਿਊਨਿਟੀ ਡਿਵੈਲਪ ਹੋ ਚੁੱਕੀ ਸੀਗੀ ਉੱਥੋਂ ਦੇ ਕੀਟਾਣੂਆਂ ਦੇ ਨਾਲ ਫਾਈਟ ਕਰਨ ਲਈ, ਇਹਨਾਂ ਨੇ ਹਾਈ ਯੀਲਡ ਕਣਕਾਂ 'ਤੇ ਲੈ ਲਈਆਂ, ਮੰਨਿਆ ਝਾੜ ਜ਼ਿਆਦਾ ਸੀਗਾ, ਲੇਕਿਨ ਉਹ ਐਗਜ਼ਿਸਟਿੰਗ ਇਨਸੈਕਟਸ ਹੈ ਉਹਨਾਂ ਨੂੰ ਨਹੀਂ ਫਾਈਟ ਕਰ ਸਕਦੀ ਸੀ, ਤਾਂ ਬੜਾ ਸਾਰਾ ਉੱਥੇ ਸਪਰੇਅ ਕਰਨਾ ਪਿਆ ਜੀ। ਔਰ ਇਹ ਹੋਇਆ ਕਿ ਜਿਵੇਂ ਕਹਿੰਦੇ ਨਾ ਨਸ਼ਾ ਹੁੰਦਾ, ਐਵਰੀ ਈਅਰ ਦ ਲੈਂਡ ਨੀਡਸ ਮੋਰ ਐਂਡ ਮੋਰ ਕੈਮੀਕਲ, ਆਫ ਕੋਰਸ ਸਟਿਲ ਮੋਰ ਕੈਮੀਕਲ, ਆਫ ਕੋਰਸ ਇਹਦਾ ਪੈਸਟ ਵਧਾਈ ਗਏ, ਉਹਦੇ ਨਾਲ ਫਿਰ ਟੋਲਰੈਂਸ ਬਣ ਜਾਂਦੀ ਹੈ। ਉਹਦੇ ਨਾਲ ਕੀ ਹੋਇਆ ਕਿ ਫ੍ਰੀ ਇਲੈਕਟ੍ਰਿਸਿਟੀ ਸੀਗੀ, ਪਾਣੀ ਵੀ ਫ੍ਰੀ ਸੀਗਾ, ਅਤੇ ਜ਼ਿੰਮੇਦਾਰ ਚਲਾਏ ਜਾਂਦੇ ਸੀਗੇ, ਕਈ ਦਫ਼ਾ ਆਪਣੇ ਪਸ਼ੂ ਵਗੈਰਾ ਵੀ ਉਹਨਾਂ ਨਾਲ ਧੋਂਦੇ ਸੀਗੇ। ਔਰ ਪੰਜਾਬ ਦੇ ਕਿਸਾਨਾਂ ਨੇ ਇਤਨੇ ਜ਼ਿਆਦਾ ਟਿਊਬਵੈਲ ਖਰੀਦੇ, ਮੈਂ ਤੁਹਾਨੂੰ ਦੱਸੀ ਜਾਂਦਾ ਹੈਗਾ ਕਿ 5 ਗੁਣਾ ਟਰੈਕਟਰ ਜਿੰਨੇ ਚਾਹੀਦੇ ਸੀ ਉਹਨੇ ਇਹਨਾਂ ਨੇ ਖਰੀਦੇ। ਹੋਇਆ ਕੀ ਕਿ ਉਹਦੇ ਨਾਲ ਨਾ, ਦੇਖੋ ਤੁਹਾਨੂੰ ਦੱਸਾਂ, ਇੱਕ ਮੱਛੀ ਹੋਰ ਦੱਸ ਲੱਗਿਆ ਤੁਹਾਨੂੰ ਕਿ 2010 ਦੇ ਵਿੱਚ 12 ਲੱਖ ਟਿਊਬਵੈਲ ਸੀ ਪੰਜਾਬ 'ਚ, ਔਰ ਚਾਹੀਦੇ ਸਿਰਫ ਸੀ 6 ਲੱਖ। ਜਿਹੜਾ ਕਹਿੰਦਾ ਟਿਊਬ ਲਗਾ ਲਈ, ਬਿਜਲੀ ਫ੍ਰੀ ਹੈ, ਪਾਣੀ ਫ੍ਰੀ ਹੈ, ਫਿਰ ਹੁੰਦਿਆਂ ਹੁੰਦਿਆਂ ਕਿ ਇਸ ਵੇਲੇ 25 ਲੱਖ ਟਿਊਬਵੈਲ ਹੈਗੇ ਪੰਜਾਬ ਦੇ ਵਿੱਚ, ਔਰ ਉਹ ਸਬਮਰਸੀਬਲ ਵੈਲ ਲਗਾ ਕੇ, ਪੰਪ ਲਗਾ ਕੇ, ਕਿਉਂ ਡੀਪ ਵਾਟਰ ਪੰਪ ਕਰੀ ਜਾ ਰਹੇ ਹੈ, ਇੰਨੇ ਸਿਰਮੂਤ ਪੰਪ ਕਰੀ ਜਾ ਰਹੇ ਨੇ ਕਿ ਪਾਣੀ ਤੇ ਪੰਜਾਬ ਉਸ ਦਾ ਡੈਜ਼ਰਟ ਬਣ ਜਾਏ। ਲੇਕਿਨ ਪੰਜਾਬ ਦੇ ਫਾਰਮਰ ਵੀ ਮਜਬੂਰ ਨੇ ਕਿਉਂਕਿ ਉਹਨਾਂ ਨੂੰ ਸਿਰਫ ਝੋਨੇ ਤੋਂ ਮਿਲਦੀ ਹੈ, ਸਾਨੂੰ ਡਾਇਵਰਸ, ਮੈਂ ਉਹਦੇ ਵੱਲ ਆਵਾਂਗਾ ਕਿਵੇਂ ਇਹਦਾ ਹੱਲ ਕਰਨਾ, ਇਹਦਾ ਹੱਲ ਕੀ ਹੈ, ਹਾਊ ਡੂ ਵੀ ਡੂ ਇਟ, ਉਹ ਸਾਨੂੰ ਉੱਥੇ ਫੋਕਸ ਕਰਨਾ ਬਹੁਤ ਜ਼ਰੂਰੀ ਹੈ। ਕਿਉਂਕਿ ਇਹ ਤੁਹਾਨੂੰ ਵਿਕਟਮ ਦੱਸ ਚੁੱਕੇ, ਇਹ ਤਾਂ ਸਾਰਿਆਂ ਨੂੰ ਪਤਾ ਹੈ, ਜਿੰਨਾ ਮਰਜ਼ੀ ਦੇਖੀ ਚਲੋ, ਜਿੰਨਾ ਮਰਜ਼ੀ ਕਰੀ ਚੱਲੋ, ਤੁਸੀਂ ਹਰੇਕ ਥਾਂ 'ਤੇ ਕਰੋਗੇ ਤੁਹਾਨੂੰ ਪਤਾ ਲੱਗੇਗਾ ਕਿ ਇੱਥੇ ਵੀ ਕਰਨਾ, ਇੱਥੇ ਵੀ ਕਰਨਾ। ਡਾਕਟਰ ਸਾਹਿਬ, ਆਮ ਸੋ ਸੋਰੀ, ਯੂ ਨੋ, ਤੁਸੀਂ ਇਹ ਫ੍ਰੀ ਬਿਜਲੀ ਫ੍ਰੀ ਪਾਣੀ ਦੀ ਗੱਲ ਕੀਤੀ, ਦਿਸ ਇਜ਼ ਅ ਟੈਂਡੈਂਸੀ, ਰਾਈਟ? ਅਗਰ ਤੁਸੀਂ ਕਿਸੇ ਨੂੰ ਵੀ ਕੁਛ ਵੀ
ਫ੍ਰੀ ਚ ਲੈਣ ਦੀ ਆਦਤ ਪਾ ਦੇ ਉਹ ਡਿਪੈਂਡੈਂਟ ਬਣ ਜਾਂਦੇ ਯੂ ਆਰ ਕ੍ਰੀਏਟਿੰਗ ਅ ਵੈਲਫੇਅਰ ਸਿਸਟਮ ਰਾਈਟ ਇੱਥੇ ਵੀ ਅਮਰੀਕਾ ਦੇ ਵਿੱਚ ਦੇਰ ਇਜ਼ ਅ ਮਾਈਂਡ ਸੈਟ ਕਿ ਅਗਰ ਤੁਸੀਂ ਲੋਕਾਂ ਨੂੰ ਇਨਕਰੇਜ ਨਹੀਂ ਕਰੋਗੇ ਜਾਓ ਇੱਕ ਨੌਕਰੀ ਲਵੋ ਰੋਜ਼ੀ ਰੋਟੀ ਕਮਾਓ ਦੈਨ ਆਫਕੋਰਸ ਯੂ ਆਰ ਗੋਇੰ ਟੂ ਸਿਟ ਐਟ ਹੋਮ ਐਂਡ ਟੇਕ ਅਨਇੰਪਲੋਇਮੈਂਟ ਬੈਨੀਫਿਟਸ ਰਾਈਟ ਉਹ ਪੁਸ਼ ਕਰਨਾ ਪੈਂਦਾ ਬਟ ਤੁਸੀਂ ਹੱਥੀਂ ਰੱਖ ਕੇ ਕਿਸੇ ਨੂੰ ਕੁਛ ਫ੍ਰੀ ਦਾ ਦੇ ਰਹੇ ਹੋ ਆਫਕੋਰਸ ਉਹਨਾਂ ਨੇ ਉਸ ਚੀਜ਼ 'ਤੇ ਬਿਲਕੁਲ ਡਿਪੈਂਡੈਂਟ ਹੋ ਜਾਣਾ ਸੋ ਯੂ ਨੋ ਆਫਕੋਰਸ ਵੰਸ ਅਗੇਨ ਇਹ ਤਾਂ ਸਾਰੀ ਲੰਬੀ ਚੌੜੀ ਲਿਸਟ ਹੈਗੀ ਅੱਜ ਤਾਂ ਸਾਡੇ ਕੋਲ ਆਫਕੋਰਸ ਇੰਨਾ ਟਾਈਮ ਨਹੀਂ ਹੈਗਾ ਕਿ ਹਰ ਇੱਕ ਚੀਜ਼ ਨੂੰ ਇਨ ਡੈਪਥ ਡਿਸਕਸ ਕਰੀਏ ਇਨ ਟਰਮਸ ਆਫ ਜੋ ਕਾਜ਼ਸ ਹੈਗੇ ਬਟ ਆਈ ਵਾਂਟ ਟੂ ਕਮ ਟੂ ਦ ਕਿਊਰਸ ਡਾਕਟਰ ਸੁਖਮੰਦਰ ਜੀ ਫੋਕਸ ਕਰਨਾ ਚਾਹੀਦਾ ਜੀ ਜੀ ਇਲਾਜ ਕੀ ਹੈ ਇਲਾਜ ਕੀ ਹੈਗਾ ਨੋਟ ਇਨਫ ਟੂ ਕੀਪ ਔਨ ਕਰਸਟਿੰਗ ਡਾਰਕਨੈਸ ਐਬਸੋਲੂਟਲੀ ਐਬਸੋਲੂਟਲੀ ਕਰਨਾ ਕੀ ਹੈ ਐਗਜ਼ੈਕਟਲੀ ਸੋ ਆਈ ਵਾਂਟ ਟੂ ਟਾਕ ਅਬਾਊਟ ਦੈਟ ਇਥੇ ਇੱਕ ਹੋਰ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਹਾਂ ਡਾਕਟਰ ਸੁਖਮੰਦਰ ਸਿੰਘ ਜੀ ਪਲੀਜ਼ ਸਾਡੇ ਨਾਲ ਜੁੜੇ ਰਹੋ ਵਿਊਅਰਸ ਤੁਸੀਂ ਵੀ ਇਸ ਨਾਲ ਜੁੜੇ ਰਹੋ ਕੁਝ ਕਿਊਰਸ ਦੀ ਕੁਝ ਇਲਾਜਾਂ ਦੀ ਗੱਲ ਕਰਾਂਗੇ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਾਰਿਆਂ ਦਾ ਸਵਾਗਤ ਹੈ ਬਹੁਤ ਹੀ ਇੰਟਰਸਟਿੰਗ ਡਿਸਕਸ਼ਨ ਹੋ ਰਹੀ ਹੈ ਜਿੱਥੇ ਇੱਕ ਪ੍ਰੋਬਲਮ ਦੀ ਡਿਸਕਸ਼ਨ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ ਉਹਦਾ ਸਲਿਊਸ਼ਨ ਉਨਾ ਕੀ ਹੈ ਮੈਂ ਕਹਾਂਗੀ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੁੰਦਾ ਹੈ ਤਾਂ ਸਲਿਊਸ਼ਨਸ ਦੀ ਗੱਲ ਕਰਾਂਗੇ ਡਾਕਟਰ ਸੁਖਮੰਦਰ ਸਿੰਘ ਜੀ ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਸਵਾਗਤ ਕਰਦੇ ਹਾਂ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਕੀ ਕੁਛ ਲੰਬੀ ਚੌੜੀ ਲਿਸਟ ਹੈਗੀ ਜਿਹਦੇ ਕਰਕੇ ਅੱਜ ਇੰਨੀ ਡਿਟੀਰੀਅਰੇਸ਼ਨ ਇੰਨੀ ਮਾੜੀ ਹਾਲਤ ਬਣ ਗਈ ਹੈ ਬਟ ਯੂ ਨੋ ਦੇਰ ਆਰ ਪ੍ਰੈਕਟੀਕਲ ਸੋਲੂਸ਼ਨਸ ਦੇਰ ਆਰ ਥਿੰਗਸ ਜੋ ਇੱਕ ਆਮ ਮਾਮੂਲੀ ਆਦਮੀ ਵੀ ਕਰ ਸਕਦਾ ਹੈ ਅਤੇ ਹਾਈ ਲੈਵਲ 'ਤੇ ਜੋ ਸਾਡੇ ਲੀਡਰਸ ਹਨ ਉਹਨਾਂ ਤੋਂ ਵੀ ਸਾਡੀ ਐਕਸਪੈਕਟੇਸ਼ਨ ਹੋਣੀ ਚਾਹੀਦੀ ਕਿ ਉਹ ਵੀ ਇਹ ਅਪਣਾਉਣ ਇਹ ਸੋਲੂਸ਼ਨਸ ਅਪਣਾਉਣ ਰਾਈਟ ਸੋ ਲੈਟਸ ਸਟਾਰਟ ਵਿਦ ਐਵਰੇਜ ਸਿਟੀਜ਼ਨ ਲੈਟਸ ਸਟਾਰਟ ਵਿਦ ਇੱਕ ਉਹੋ ਜਿਹਾ ਇੰਡੀਵਿਜੁਅਲ ਜੋ ਆਪਣੀ ਵੋਟ ਰਾਹੀਂ ਆਪਣੀ ਪਾਵਰ ਅਜਮਾਉਂਦਾ ਹੈ ਰਾਈਟ ਬਿਕੋਜ਼ ਤੁਸੀਂ ਮੈਨੂੰ ਇਹ ਵੀ ਦੱਸ ਰਹੇ ਸੀ ਕਿ ਵੋਟਰਸ ਦੀ ਵੀ ਰਿਸਪੋਂਸੀਬਿਲਿਟੀ ਨੇ ਉਹ ਵੀ ਯੂ ਨੋ ਜਦੋਂ ਵੋਟ ਪਾਉਂਦੇ ਆ ਉਹ ਕਿਹਨੂੰ ਵੋਟ ਪਾਉਂਦੇ ਕਿਹਨੂੰ ਉਹ ਲੀਡਰ ਬਣਾਉਂਦੇ ਆ ਦੈਟ ਮੈਟਰਸ ਰਾਈਟ ਉਹਦੇ ਲੋਂਗ ਟਰਮ ਕੋਨਸੀਕੁਐਂਸਿਸ ਨੇ ਸੋ ਲੈਟਸ ਟਾਕ ਅਬਾਊਟ ਵੋਟਰਸ ਉਹਨਾਂ ਦੀ ਕੀ ਰਿਸਪੋਂਸੀਬਿਲਿਟੀ ਉਹ ਕਿਸ ਤਰ੍ਹਾਂ ਕੁਛ ਇੰਪਰੂਵਮੈਂਟ ਲੈ ਕੇ ਆ ਸਕਦੇ ਆ ਦੇਖੋ ਕਿਉਂਕਿ ਤੁਸੀਂ ਕਿਹਾ ਸੀ ਨਾ ਕਿ ਆਪਾਂ ਕਰਨਾ ਕੀ ਚਾਹੀਦਾ ਤੁਸੀਂ ਬਿਲਕੁਲ ਠੀਕ ਗੱਲ ਕੀਤੀ ਮੈਂ ਆਪਣੇ ਤਰਫੋਂ ਇਹ ਕਹਿ ਸਕਦਾ ਕਿ ਸਭ ਤੋਂ ਦੀ ਮੋਸਟ ਇੰਪਾਰਟੈਂਟ ਕਿਉਰ ਹੈ ਇਹ ਹੈਗੀ ਕਿ ਡਿਸਲਾਰਜ ਦਾ ਕਰੰਟ ਕਰਪਟ ਪਾਵਰ ਸਿਸਟਮ ਜਿਹਨਾਂ 'ਚ ਡਿਸਲਾਰਜ ਨਹੀਂ ਹੁੰਦਾ ਉਹਨਾਂ 'ਚ ਜੋ ਮਰਜ਼ੀ ਤੁਸੀਂ ਰਿਫਾਰਮ ਲਿਆਓ ਨਹੀਂ ਹੋ ਸਕਦੇ ਕਿਉਂਕਿ ਨਕੇਲ ਕੰਟਰੋਲਰ ਨੂੰ ਪੜਿਆ ਉਹ ਇੱਦਾਂ ਚੂਜ਼ ਕਰਦੇ ਆਏ ਅਤੇ ਕਰਦੇ ਰਹਿਣਗੇ ਔਰ ਇੱਥੋਂ ਤੱਕ ਕਿ ਉਹਨਾਂ ਨੇ ਆਮ ਵੋਟਰ ਨੂੰ ਇੱਦਾਂ ਉਹਦੇ ਦਿਮਾਗ ਦੀ ਬ੍ਰੇਨ ਵਾਸ਼ਿੰਗ ਕਰ ਦਿੱਤੀ ਕਿ ਸਿਸਟਮ ਹੈ ਕੋਈ ਕੰਮ ਕਰੋ ਆਪਦੀ ਉਹਦਾ ਕੰਮ ਹੋ ਸਕਦਾ ਲੇਕਿਨ ਇਹ ਜਾ ਕੇ ਕਹਿੰਦੇ ਨੇ ਕਿ ਕੰਮ ਅਸੀਂ ਕਰਾ ਸਕਦੇ ਹਾਂ ਅਸੀਂ ਜਦੋਂ ਵੋਟਾਂ ਪਾਉਂਦੇ ਹਾਂ ਯਾਰ ਇਹਨੂੰ ਵੋਟਾਂ ਪਾਓ ਕੋਈ ਸਾਡੇ ਕੰਮ ਕਰਾ ਦਿਓ ਇਹ ਵਾਕਫ ਹੈ ਸਾਡੇ ਕੰਮ ਕਰਾ ਜੋ ਕੋਈ ਹੁੰਦਾ ਨਾ ਜੀ ਇਹਨਾਂ ਨੇ ਜਾ ਕੇ ਵੋਟਰ ਦੇ ਦਿਮਾਗ 'ਚ ਇਹ ਚੀਜ਼ ਪਾ ਦਿੱਤੀ ਹੈ ਕਿ ਅਸੀਂ ਇਹ ਸਿਸਟਮ ਆ ਜਿਹੜਾ ਰੀਅਲ ਸਿਸਟਮ ਹੈਗਾ ਉਹ ਉਹਨਾਂ ਨੇ ਚਲਾ ਕੇ ਬਾਹਰ ਮਾਰੇ ਔਰ ਵੋਟਰ ਜਿਹੜੇ ਨੇ ਨਾ ਉਹ ਵਿਚਾਰੇ ਪੈਸੇ ਵੀ ਦਿੰਦੇ ਨੇ ਅਤੇ ਵੋਟ ਕਰ ਦਿੰਦੇ ਨੇ ਅਤੇ ਫਿਰ ਉਹਨਾਂ ਦੇ ਜੁੱਤੀਆਂ ਘਸ ਜਾਂਦੀਆਂ ਆਪਣਾ ਕੰਮ ਕਰਾਉਣ ਲਈ ਦਰ ਦਰ ਧੱਕੇ ਖਾਂਦੇ ਨੇ ਸ਼ੀਰ ਕਿਸੇ ਐਮ ਐਲ ਨੂੰ ਕਿਸੇ ਕਾਲ ਕਰਦੇ ਜੀ ਮੇਰਾ ਕੰਮ ਕਰਾਓ ਉਹ ਕਰਾ ਦਿੰਦੇ ਨੇ ਇਸ ਸਿਸਟਮ ਦੇ ਵਿੱਚ ਵੋਟਰਸ ਇਹ ਭੁੱਲ ਗਏ ਕਿ ਪਾਵਰ ਤੁਹਾਡੇ ਹੱਥ 'ਚ ਹੈ ਔਰ ਹੁੰਦਾ ਕੀ ਹੈਗਾ ਕਿ ਉਹਨਾਂ ਨੇ ਤੁਹਾਨੂੰ ਇਸ ਤਰ੍ਹਾਂ ਦੇ ਨਾਲ ਜਕੜ ਲਿਆ ਇਸ ਵੇਲੇ ਕਿ ਉਹ ਜਿਵੇਂ ਕਹਿੰਦੇ ਨੇ ਨਾ ਕਿ ਕਿਸੇ ਵੀ ਸਿਸਟਮ ਦੇ ਵਿੱਚ ਜੋ ਸਿਸਟਮ ਇਜ਼ ਬੀਂਗ ਗਵਰਨਡ ਬਾਈ ਰੂਥਲੈਸ ਕ੍ਰਿਮੀਨਲ ਟਾਈਪ ਸੈਲਫਿਸ਼ ਟਾਈਪ ਦੇ ਨਾ ਉਹ ਤਾਂ ਰੂਲ ਕਰ ਸਕਦੇ ਹੈ ਕਿਉਂਕਿ ਕਸੂਰ ਜਿੱਥੇ ਉਹਨਾਂ ਦਾ ਉੱਥੇ ਦੂਜੇ ਪਾਸੇ ਦੋ ਹੋਰ ਐਲੀਮੈਂਟ ਦਾ ਕਸੂਰ ਵੀ ਹੈਗਾ ਉਹ ਹੈਗਾ ਉਹਨਾਂ ਵੋਟਰਸ ਦਾ ਜਿਹੜੇ ਖੁਦਗਰਜ਼ੀ ਕਰਕੇ ਉਹਨਾਂ ਦੀ ਚੈੱਕ ਕਰਦੇ ਹੈ ਦੂਜਾ ਹੈਗਾ ਉਹਨਾਂ ਬਹੁਤ ਜ਼ਿਆਦਾ ਦੁੱਧ ਧੋਤੇ ਪੜ੍ਹੇ ਲਿਖੇ ਹਾਈ ਲੈਵਲ ਦੇ ਯਾਰ ਆਪਾਂ ਪੋਲੀਟਿਕਸ ਨਹੀਂ ਪੈਣਾ ਆਪਾਂ ਨੂੰ ਕੋਈ ਲੈਣੀ ਆਪਾਂ ਕੋਈ ਨਹੀਂ ਕਰ ਸਕਦੇ ਹੈਗੇ ਉਹ ਆਪਣੇ ਕੰਫਰਟ ਜ਼ੋਨ 'ਚ ਰਹਿੰਦੇ ਨੇ
ਔਰ ਜੋ ਰਿਟਾਇਰ ਹੋ ਜਾਂਦੇ ਨੇ ਫਿਰ ਕਹਿੰਦੇ ਨਹੀਂ ਐ ਨਹੀਂ ਐ ਨਹੀਂ ਐ ਨਹੀਂ ਐ ਨਹੀਂ ਐ ਹੋਣਾ ਚਾਹੀਦਾ ਐ ਹੋਣਾ ਚਾਹੀਦਾ ਜਦੋਂ ਐਨੀਵੇ ਸੋ ਇਸ ਕਰਕੇ ਵੋਟਰ ਦਾ ਵੀ ਕਸੂਰ ਹੈਗਾ ਤੇ ਦੂਜੇ ਦਾ ਵੀ ਕਸੂਰ ਹੈਗਾ ਜੀ ਤਾਂ ਵੋਟਰਸ ਨੂੰ ਇਹ ਆ ਜਾਣਾ ਚਾਹੀਦਾ ਹੈਗਾ ਕਿ ਸਿਸਟਮ ਉਹ ਨਹੀਂ ਆਣਗੇ ਸਿਸਟਮ ਆਲਰੇਡੀ ਹੈਗਾ ਔਰ ਪਾਵਰ ਉਹਨਾਂ ਦੇ ਹੱਥ 'ਚ ਹੈਗੀ ਹੈ ਚਲੋ ਤੁਸੀਂ ਸਿਸਟਮ ਬਾਰੇ ਪੁੱਛਿਆ ਸੀ ਵੀ ਵੋਟਰ ਦਾ ਕੀ ਕਸੂਰ ਹੈ ਲੇਕਿਨ ਆਈ ਥਿੰਕ ਮੈਂ ਇਸ ਵੇਲੇ ਬੇਨਤੀ ਕਰਨਾ ਚਾਹੁੰਦਾ ਕਿ ਜੇ ਮੈਂ ਦੱਸਾਂ ਕਿ ਪੰਜਾਬ ਨੂੰ ਇਸ ਜਗ੍ਹ ਚੋਂ ਕੱਢਣ ਲਈ ਮੈਂ ਆਪਣੇ ਤਰਫੋਂ ਚਾਰ ਸੁਝਾਅ ਦਿੰਦਾ ਦੱਸੋ ਜੀ ਨੰਬਰ ਇੱਕ ਸਾਨੂੰ ਡਿਸਲਾਜ ਕਰ ਦੇਣਾ ਚਾਹੀਦਾ ਹੈ ਕਰੰਟ ਪਾਵਰ ਸਿਸਟਮ ਕਿਵੇਂ ਉਹਦੇ ਮੈਂ ਆਉਣਾ ਜੀ ਦੂਜਾ ਵੀ ਹੈਵ ਟੂ ਅਸਟੈਬਲਿਸ਼ ਇੰਪਲਾਇਮੈਂਟ ਬੇਸ ਯੈਸ ਯੂਥ ਦਰਦ ਧੱਕੇ ਖਾਂਦਾ ਚਾਹ ਕੋਲ ਹੈ ਨਹੀਂ ਬਾਹਰ ਚਲਾ ਜਾਂਦਾ ਨੰਬਰ ਤਿੰਨ ਵੀ ਹੈਵ ਟੂ ਬ੍ਰਿੰਗ ਅਵੇਅਰਨੈਸ ਨੰਬਰ ਚਾਰ we must discourage and minimize consumption of liquor oh absolutely number 6 ਉਹਦੇ ਮੈਂ ਇੱਕ ਦੇ ਬਾਰੇ ਗੱਲ ਕਰਾਂਗਾ ਫਿਰ ਸੈ ਸਿਸਟਮ ਉਹ ਸਿਸਟਮ ਬਾਰੇ ਮੈਂ ਆਲਰੇਡੀ ਗੱਲ ਕਰ ਦਿੱਤੀ ਹੈ ਜੀ ਨੰਬਰ ਟਾਪ ਲੈਵਲ ਤੇ ਡਿਸਲੌਜ ਕਰਨਾ ਕਰਪਟ ਪਾਵਰ ਸਿਸਟਮ ਨੂੰ ਜੀ ਉਹ ਕਿਵੇਂ ਕਰਨਾ ਮੈਂ ਬੇਨਤੀ ਕਰਦਾ ਹਾਂਗਾ ਕਿਸਾਨ ਭਰਾਵਾਂ ਨੂੰ ਤੇ ਸਾਰਿਆਂ ਨੂੰ ਕਿਸਾਨ ਐਜੀਟੇਸ਼ਨ ਇਕੱਲਾ ਉਹਨਾਂ ਕਾਲੇ ਕਾਨੂੰਨਾਂ ਬਾਰੇ ਹੀ ਨਹੀਂ ਹੈਗਾ ਉਹਨਾਂ ਨੇ ਆਪਣੇ ਐਜੀਟੇਸ਼ਨ ਰਾਹੀਂ ਕੁਛ ਇਸ ਤਰ੍ਹਾਂ ਦਾ ਵਾਤਾਵਰਣ ਇਸ ਤਰ੍ਹਾਂ ਦੀ ਚੇਤਨਾ ਪੈਦਾ ਕਰ ਦਿੱਤੀ ਉੱਥੇ ਜਾ ਕੇ ਦੇਖੋ ਆਵੇ ਦੀ ਭਰਾਪਾ ਆਪਸ ਦੀ ਪਿਆਰ ਸਾਰੀਆਂ ਜੈਲਸੀਆਂ ਸਾਰੇ ਇੱਕ ਦੂਜੇ ਦੇ ਗੁੱਸੇ ਗਿੱਲੇ ਦੇ ਰਾਈਜ਼ਿੰਗ ਆਫ ਰਿਲੀਜੀਅਸ ਕਾਸਟ ਸਭ ਤੋਂ ਉੱਪਰ ਦੋ ਭਰਾ ਉਹ ਚੁੱਪ ਕਰਕੇ ਪੰਜਾਬ ਵੱਡਾ ਭਰਾ ਹਰਿਆਣਾ ਉਹ ਜੋੜ ਦਿੱਤੇ ਔਰ ਜਾ ਕੇ ਦੇਖੋ ਇੱਕ ਦੂਜੇ ਨੂੰ ਗ੍ਰੀਟ ਕਰਦੇ ਸਤਿ ਸ਼੍ਰੀ ਅਕਾਲ ਨਾਲ ਪਿਆਰ ਨਾਲ ਮਿਲਦੇ ਨੇ ਬਲ ਐਸੀ ਇਨਸਾਨੀਅਤ ਪੈਦਾ ਕਰ ਦਿਖਾਈ ਮੈਂ ਕਹਿੰਦਾ ਕਿ ਨਾ ਤਾਂ ਹਾਰਵਰਡ ਯੂਨੀਵਰਸਿਟੀ ਅਤੇ ਨਾ ਯੇਲ ਯੂਨੀਵਰਸਿਟੀ ਇੰਨੇ ਛੋਟੇ ਚਰਚ ਇਹਨਾਂ ਦੇ ਇਨਸਾਨ ਮੋਲਡ ਕਰ ਸਕਦੀ ਹੈ ਜਿਹੜੇ ਕਿ ਕਿਸਾਨ ਯੂਨੀਵਰਸਿਟੀ ਨੇ ਪੈਦਾ ਕਰ ਦਿੱਤੇ ਹੁਣ ਇਸ ਗੱਲ ਨੂੰ ਮੈਂ ਇੱਥੇ ਲੈ ਕੇ ਆਉਣਾ ਹੁਣ ਕਿਉਂਕਿ ਉਹਨਾਂ ਦੀ ਇਸ ਕੁਰਬਾਨੀ ਕਰਕੇ ਇੱਕ ਇਸ ਤਰ੍ਹਾਂ ਦੀ ਚੇਤਨਾ ਇੱਕ ਇਸ ਤਰ੍ਹਾਂ ਦੀ ਕਲਾਈਮੇਟ ਪੰਜਾਬ 'ਚ ਖੜੀ ਹੋ ਚੁੱਕੀ ਹੈ ਯੂਥ ਜਿਹੜਾ ਉਹ ਜਾਗ ਪਿਆ ਹੈਗਾ ਇਨਸਾਨ ਜਾਗ ਪਏ ਵਿਲੇਜਰ ਜਾਗ ਪਏ ਨੇ ਪਿੰਡਾਂ ਦੇ ਬਾਹਰ ਬੋਰਡ ਲੱਗ ਗਏ ਨੇ ਕੋਈ ਵਿਦਿਆਕ ਸਾਡੇ ਪਿੰਡ ਨਾ ਵੜੇ ਔਰ ਕਿਉਂਕਿ ਹੌਲੀ ਹੌਲੀ ਇਹ ਚੇਤਨਾ ਇਤਨੀ ਜ਼ਿਆਦਾ ਜਾਗ ਉੱਠੀ ਹੈ ਔਰ ਇਹ ਜਾਗੀ ਹੋਈ ਚੇਤਨਾ ਜਾਗੀ ਹੋਈ ਕਲਾਈਮੇਟ ਆਵਜ ਦੀ ਪ੍ਰਭਾਵ ਕੰਮ ਇਹਦਾ ਜੇ ਹੁਣ ਫਾਇਦਾ ਨਾ ਨਾ ਉਠਾਇਆ ਅਸੀਂ ਤਾਂ ਫਿਰ ਅਸੀਂ ਬੜੀਆਂ ਹੋਰ ਕਈਆਂ ਸਾਲਾਂ ਤੱਕ ਪਛਤਾਵਾਂਗੇ ਡਾਕਟਰ ਸਾਹਿਬ ਜੀ ਜੀ ਪਲੀਜ਼ ਦੱਸੋ ਨਾ ਮੈਂ ਇੱਥੇ ਗੱਲ ਮੁਕਾਉਣ ਲੱਗਿਆ ਮੈਂ ਗੱਲ ਕਹਿਣ ਦੀ ਕੋਸ਼ਿਸ਼ ਕਰਿਆ ਮੈਂ ਸੁਣਿਆ ਔਰ ਹੈ ਕਿ ਕਿਸਾਨ ਚਾਹੁੰਦੇ ਆ ਅਸੀਂ ਕੋਈ ਵੀ ਪੋਲੀਟੀਕਲ ਪਾਰਟੀ 'ਚ ਨਹੀਂ ਬਣਨਾ ਨਾ ਬਣਾਉਣੀ ਹੈ ਜੀ ਸਦਕੇ ਨਾ ਬਣਾਉਣ ਬਿਲਕੁਲ ਜਿਸ ਕੰਮ 'ਤੇ ਲੱਗੇ ਆ ਉਹ ਪੂਰਾ ਐਨ ਡੈਡੀਕੇਟ ਹੋ ਕੇ ਕਰਨ ਔਰ ਕਰਦੇ ਆ ਰਹੇ ਨੇ ਉਹਦਾ ਇੰਪੈਕਟ ਕੱਲ੍ਹ ਹੋਣੀ ਨਾ ਹੋਣੀ ਇੰਡੀਆ 'ਚ ਸਾਰੀ ਦੁਨੀਆ 'ਚ ਹੋ ਚੁੱਕਿਆ ਹੈਗਾ ਪਰ ਕਿਉਂਕਿ ਜਾਗਰਤ ਉੱਠ ਚੁੱਕੀ ਹੈ ਉਹ ਜਾਗਰਤ ਦੇ ਬਿਨਾਂ 'ਤੇ ਤੁਸੀਂ ਕਹਿ ਜਾਂਦੇ ਹੋ ਪੰਜਾਬ ਸੇਵਿੰਗ ਮਿਸ਼ਨ ਜਾਂ ਪੰਜਾਬ ਦੇ ਸੋ ਕੋਲ ਕੋਈ ਕਹਿ ਲਓ ਜੀ ਪੰਜਾਬ ਦੇ ਸੁਧਾਰ ਦਾ ਪੰਜਾਬ ਦੀ ਪੰਜਾਬ ਪੰਜਾਬ ਸੇਵਿੰਗ ਮਿਸ਼ਨ ਉਹਦੇ ਵਿੱਚ ਨੌਜਵਾਨ ਹੈ ਹੋਰ ਬੜੇ ਪੜ੍ਹੇ ਲਿਖੇ ਹੈ ਕੋਈ ਬੜੇ ਸਿਆਣੇ ਹੈ ਰਿਟਾਇਰਡ ਬੰਦੇ ਨੇ ਇਹ ਨਹੀਂ ਕਿ ਸਾਰੇ ਨੇ ਬੜੇ ਆਨਸਟ ਬੰਦੇ ਹਲੇ ਵੀ ਸਕਦੇ ਹੈ ਜੇ ਉਹ ਲਾਰਜ ਗਰੁੱਪ ਵਿਦ ਆਨਸਟ ਪੀਪਲ ਵਿਦ ਕੋਲੈਕਟਿਵ ਵਿਜ਼ਡਮ ਉਹ ਕਿਹਨਾ ਕਿਵੇਂ ਤਰਕੇ ਕੁਛ ਲਹਿਰ ਸ਼ੁਰੂ ਕਰਨ ਤਾਂ ਜਿਸ ਤਰ੍ਹਾਂ ਨਾਲ ਕਿਸਾਨਾਂ ਨੇ ਬੰਗਲਾਦੇਸ਼ ਦੇ ਵਿੱਚ ਜਾ ਕੇ ਇਹ ਕਿਹਾ ਕਿ ਬੀਜੇਪੀ ਨੂੰ ਵੋਟ ਨਾ ਪਾਓ ਤੇ ਮਮਤਾ ਨੂੰ ਪਾਓ ਜੀ ਐਟਲੀਸਟ ਉੱਥੇ ਜਾ ਕੇ ਜਿਹੜੀ ਪਾਰਟੀ ਛਿੱਚੀ ਹਾਂਜੀ ਬਿਲਕੁਲ ਉਸੇ ਤਰ੍ਹਾਂ ਹੀ ਪੰਜਾਬ 'ਚ ਜਾ ਕੇ ਕਿਸਾਨ ਕਹਿ ਸਕਦੇ ਆ ਬਈ ਅਸੀਂ ਤਾਂ ਪਾਰਟੀ ਸਾਡੀ ਹੈ ਨੀਗੀ ਪਰ ਆਹ ਜਿਹੜੇ ਨਾ ਇਹ ਅੰਸ਼ ਦੇ ਇਹਨਾਂ ਨੂੰ ਵੋਟਾਂ ਪਾਓ ਬਾਕੀ ਕਿਸੇ ਨੂੰ ਨਾ ਪਾਓ ਇਸ ਕਰਕੇ ਨਾ ਕਿਸਾਨਾਂ ਦੀ ਕੁਰਬਾਨੀ ਕਿਸਾਨਾਂ ਦਾ ਕੀਤੇ ਹੋਏ ਚੇਤਨਾ ਦਾ ਹੁਣ ਸਾਨੂੰ ਫਾਇਦਾ ਉਠਾਉਣਾ ਚਾਹੀਦਾ ਹੈ ਔਰ ਮੇਰੀ ਇਹ ਬੇਨਤੀ ਹੈ ਕਿ ਟੂ ਡਿਸਲਾਜ ਕਰਪਟ ਪਾਵਰ ਸਿਸਟਮ ਉੱਠੋ ਹੁਣ ਮੌਕਾ ਹੈ ਕਿ ਤੁਸੀਂ ਇੱਕ ਨਵਾਂ ਬਦਲ ਕਹਿ ਲਓ ਕੁਛ ਲਿਆ ਸਕਦੇ ਹੋ
डॉक्टर साहब, यू नो देयर इज़ अ कपल ऑफ थिंग्स जो आई थिंक इत्थे थोड़ी जी मैं गहराई दे विच तुहाड़े तो पुछना चाहुंदी हां, राइट? खास करके जिथे इंप्लॉयमेंट बेस दी गल आंदी, दैट इज प्रोबेबली वन ऑफ द मोस्ट इंपोर्टेंट थिंग्स। अगर तुहाडे सिटीजनस एजुकेटेड हैगे ते रोजगार हन, उहनां दे कोल यू नो सबस्टैंशियल इंप्लॉयमेंट हैगी, फाइनैंशियल इंडिपेंडेंस थोड़ी जी हैगी, दे कैन मेक बैटर डिसीजन। वो डिपेंडेंट नहीं है कि एम एल ए तो मैनू ये चाहिए है कि मैनू इस बंद तो चाहिदा है, राइट? ओ प्रॉब्लम्स नहीं उन्होंने हैगी, दे कैन बी अ बेटर वोटर, राइट? सो लेट्स टॉक अबाउट एस्टैब्लिशिंग दिस एम्प्लॉयमेंट बेस, बिकॉज दो चीजें इतने वड्डी आंदी हैं, एक तो नेचुरल। हाँ जी, सॉरी सॉरी बट प्लीज कैरी ऑन, कैरी ऑन, चेक हो गया कैरी। अच्छा, तुसी ये बहुत जबरदस्त, इनफैक्ट वन ऑफ द मोस्ट सिग्निफिकेंट पॉइंट लाइक कहंदा है जी, एम्प्लॉयमेंट बेस सेटअप करना पंजाब दे विच बेहद जरूरी है जी। उस तो बिना ना यूथ बचाया जा सकता है, ना पंजाब दी इकॉनमी बचाई सकती है। एग्जैक्टली, ओ एम्प्लॉयमेंट बेस सेटअप करना किवें है जी? स्टेप 1 जी, पहला तो आइडेंटिफाई करो कि साडे नेचुरल रिसोर्सेज की ने, किसी भी जगह दे नेचुरल आइडेंटिफाई करे जांदे ने पहला, ते कंपैटिबल उन्हां दे नाल ढुकमी इंडस्ट्री पैदा कीती जांदी है जी। मिसाल दे तौर ते जी, ਸਾਡੇ ਨੈਚੁਰਲ ਰਿਸੋਰਸਸ ਕੀ ਨੇ ਪੰਜਾਬ ਦੇ? ਪਾਣੀ ਸਭ ਤੋਂ ਵਿਆਹ ਤੱਕ ਕਿੰਨਾ ਹੈ, ਫਿਰ ਐਗਰੀਕਲਚਰ ਪ੍ਰੋਡਕਟਸ ਜੀ ਹੈ ਨਾ, ਪਨੀਰ ਹੈ, ਤੀਜਾ ਜ਼ਬਰਦਸਤ ਫਰਟਾਈਲ ਲੈਂਡ ਹੈ ਦੁਨੀਆ ਦੇ ਵਿੱਚ, ਨੋਨ ਇੰਡਸ ਗੈਂਜਕ ਪਲੇਨ ਦ ਮੋਸਟ ਫਰਟਾਈਲ ਲੈਂਡ, ਚੌਥੀ ਸਾਡੇ ਬੰਦੇ ਬੇਸਿਕਲੀ ਬੜੇ ਮਕੈਨੀਕਲੀ ਸਕਿਲਡ ਨੇ, ਲਿਖੋ ਜਾ ਕੇ ਲੁਧਿਆਣਾ 'ਚ ਲਿਖੀ ਚੀਜ਼ ਦੇਖਦੇ ਆਪਣਾ ਖੜੀ ਕਰ ਦਿੰਦੇ ਨੇ ਲੇਸ ਵਾਈ ਹੋ। ਅੱਛਾ, ਹੁਣ ਇਹ ਚਾਰ ਜਿਹੜੇ ਸਾਡੇ ਨੈਚੁਰਲ ਰਿਸੋਰਸਿਸ ਨੇ, ਇਹਨਾਂ ਦੇ ਨਾਲ ਕੰਪੈਟੀਬਲ ਅਸੀਂ ਕੀ ਇੰਡਸਟਰੀ ਲਾਈਏ ਤੇ ਕਿਵੇਂ ਇੰਪਲੋਇਮੈਂਟ ਬੇਸ ਕ੍ਰੀਏਟ ਕਰੀਏ। ਮੈਂ ਪਹਿਲੀ ਗੱਲ ਕੀਤੀ ਸੀ ਪਾਣੀ ਦੀ ਜੀ ਜੀ, ਉਹ ਮੇਰੇ ਕੋਲ ਸਲਾਈਡ ਸੀ, ਮੈਂ ਕਿਸੇ ਨੂੰ ਦਿਖਾਵਾਂਗਾ ਜੀ। ਪੰਜਾਬ ਦੇ ਵਿੱਚ ਜੇ ਤੁਸੀਂ ਪੰਜੌਰ ਤੋਂ ਚੱਲੋ ਸ਼ਿਵਾਲਿਕ ਹਿੱਲ ਦੇ ਫੁੱਟਹਿਲਸ, ਸ਼ਿਵਾਲਿਕ ਹਿੱਲਸ ਨੇ ਤੁਰੇ ਜਾਓ ਤੇ ਗੋ ਆਲ ਦ ਵੇ ਟੂ ਤਲਵਾੜਾ ਵਿਚ ਇਜ਼ ਨੀਅਰ ਪਠਾਨਕੋਟ। ਹਾਂਜੀ, ਪੰਜੌਰ ਤੋਂ ਪੰਜਾਬ ਦੇ ਸ਼ਿਵਾਲਿਕ ਹਿੱਲ ਫੁੱਟਹਿਲ ਤੁਰੇ ਜਾਓ, ਤੁਹਾਨੂੰ 136 ਬਰਸਾਤੀ ਚੋਏ ਮਿਲਣਗੇ, ਜਿਨ੍ਹਾਂ 'ਚ ਗਰਮੀਆਂ 'ਚ ਮੌਨਸੂਨ ਵੇਲੇ ਇੰਨਾ ਪਾਣੀ ਹੜਾਉਂਦਾ ਹੈ ਉਹ ਤਬਾਹੀ ਕਰਕੇ ਚਲੇ ਜਾਂਦੇ ਨੇ ਅਤੇ ਪੰਜਾਬ ਵਿੱਚ ਜਾਂਦੇ। ਔਰ ਇੱਕ ਹੋਰ ਜ਼ਰੂਰੀ ਚੀਜ਼ ਹੈਗੀ ਹੈ, ਉਹਨਾਂ ਦੇ ਉੱਤੇ 136 ਚੋਏ ਦੇ ਵਿੱਚ ਜਿਵੇਂ ਸਟੱਡੀ ਹੋਈ ਹੈ, 6 ਤੋਂ ਲੈ ਕੇ 8 ਫੁੱਟ ਦਾ ਫਾਲ ਹੈਗਾ, ਉਸ ਫਾਲ ਨੂੰ ਯੂਜ ਕਰਕੇ ਡੈਮ ਬਣਾ ਕੇ ਬਿਜਲੀ ਉਗਾਈ ਜਾ ਸਕਦੀ ਹੈ। ਅੱਜ ਕੱਲ੍ਹ ਅਰਦਨ ਡੈਮ ਬੜੇ ਮਸ਼ਹੂਰ ਹੋਏ ਨੇ, ਬੜੀ ਟੈਕਨੋਲੋਜੀ ਐਡਵਾਂਸ ਹੋ ਚੁੱਕੀ ਹੈ, ਲੋਕਲ ਸੋਇਲ ਨੂੰ ਯੂਜ਼ ਕਰਕੇ ਉਹਨੂੰ ਲੇਅਰ ਬਾਈ ਲੇਅਰ ਕੰਮ ਕਰਕੇ ਵਿਚਾਲੇ ਇਨਸਾਈਡ ਕਲੇ ਕੋਰ ਬਣਾ ਕੇ, ਮੇਰੇ ਕੋਲ ਸਲਾਈਡ ਹੈਗਾ ਪਰ ਹੁਣ ਦਿਖਾ ਨਹੀਂ ਸਕਦਾ ਤੁਹਾਨੂੰ ਮੈਂ, ਉਹਦੇ 'ਚ ਕਰਕੇ ਅਤੇ ਉਹ ਬਣਾ ਕੇ ਅਤੇ ਉਹਦੇ 'ਚ ਪੈਨਸਟਕ ਲਾ ਕੇ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ ਔਰ ਬਿਜਲੀ ਦਾ ਹੜ ਲਿਆ ਜਾ ਸਕਦਾ, ਔਰ ਜਿਹੜਾ ਪਾਣੀ ਉਹਦੇ ਪਾਸੇ ਸਟੋਰ ਹੋਏਗਾ ਉਹਦੇ ਨਾਲ ਫਲੱਡ destruction bachegi balki I mean aani... there's so many benefits right ek thodi ji main thodi ji tenu main kahwangi planning the nal strategic planning the nal employment bhi vadh sakdi hai you're increasing labor because ਕਿਸੇ ਨਾ ਕਿਸੇ ਨੂੰ ਤੁਸੀਂ ਹਾਇਰ ਕਰੋਗੇ ਇਨ ਚੀਜ਼ਾਂ ਨੂੰ ਬਣਾਉਣ ਲਈ, ਤੁਸੀਂ ਲੋਕਲ ਜੋ ਤੁਹਾਡੀ ਨੈਚੁਰਲ ਰਿਸੋਰਸਿਸ ਉਹਨਾਂ ਦੇ ਵਿੱਚ ਇਨਵੈਸਟਮੈਂਟ ਕਰ ਰਹੇ ਹੋ, ਉਹਨਾਂ ਦੀ ਰੀਯੂਜ਼ ਪ੍ਰੋਪਰਲੀ ਕਰ ਰਹੇ ਹੋ, ਭਾਵੇਂ ਉਹ ਪਾਣੀ ਹੋਏ ਭਾਵੇਂ ਉਹ ਬਿਜਲੀ ਹੋਏ, ਐਂਡ ਯੂਅਰ ਕੰਟਰੋਲਿੰਗ ਫੋਰ ਐਕਸਟ੍ਰੀਮ ਵੈਦਰ, ਅਗਰ ਜ਼ਿਆਦਾ ਇੱਕ ਵਾਰੀ ਮੀਂਹ ਪੈ ਜਾਂਦਾ ਹੈ ਇਹ ਨਹੀਂ ਕਿ ਤੁਹਾਡੇ ਫਲੱਡਸ ਆ ਕੇ ਕੋਈ ਡਿਸਟਰਕਸ਼ਨ ਕਰਨਗੇ, ਯੂ ਹੈਵ ਡੈਮਸ ਟੂ ਪ੍ਰੋਟੈਕਟ ਅਗੇਂਸਟ ਦੈਟ, ਦੇਅਰ ਆਰ ਸੋ ਮੈਨੀ ਥਿੰਗਸ, ਐਂਡ ਇਹ ਤਾਂ ਸਿਰਫ ਇੱਕ ਪੱਖ ਹੈਗਾ ਇਸ ਕਨਵਰਸੇਸ਼ਨ ਦਾ। ਡਾਕਟਰ ਸੁਖਮਿੰਦਰ ਜੀ, ਆਮ ਸੋ ਸੋਰੀ, ਇੱਕ ਛੋਟੀ ਜਿਹੀ ਬ੍ਰੇਕ ਲਈ ਇੱਥੇ ਰੁਕਣਾ ਪੈ ਰਿਹਾ ਸਾਨੂੰ। ਲੈਟ ਮੀ ਫਿਨਿਸ਼ ਇਟ ਅਪ ਆਫਟਰ ਦ ਬ੍ਰੇਕ, ਆਈ ਵਿਲ ਫਿਨਿਸ਼ ਇਟ ਆਫਟਰ ਦ ਬ੍ਰੇਕ, ਵੀ ਵਿਲ ਪਿਕ ਅਪ ਰਾਈਟ ਫਰਮ ਹੇਅਰ। ਵਿਊਅਰਸ, ਕਿਤੇ ਨਾ ਜਾਓ, ਕਨਵਰਸੇਸ਼ਨ ਇਸ ਤਰ੍ਹਾਂ ਜਾਰੀ ਰਹੇਗੀ ਬ੍ਰੇਕ ਤੋਂ ਉਸ ਪਾਰ। ਇੱਕ ਤੋਂ ਬਾਅਦ ਇੱਕ ਵਾਰੀ ਫਿਰ ਸਾਰਿਆਂ ਨੂੰ ਸਵਾਗਤ ਕਰਦੇ ਹਾਂ। ਡਾਕਟਰ ਸੁਖਮਿੰਦਰ ਸਿੰਘ ਜੀ, ਆਈ ਐਮ ਸੋ ਸੋਰੀ, ਤੁਹਾਨੂੰ ਕਨਵਰਸੇਸ਼ਨ ਦੇ ਵਿੱਚ ਹੀ ਰੋਕਣਾ ਪਿਆ, ਤੁਸੀਂ ਬਹੁਤ ਇੰਪੋਰਟੈਂਟ ਗੱਲ ਦੱਸ ਰਹੇ ਸੀ, ਅਗਰ ਪੰਜਾਬ ਨੂੰ ਬਚਾਉਣਾ ਹੈ ਸਾਡਾ ਫੋਕਸ ਅਫਕੋਰਸ ਕਰਪਟ ਪਾਵਰ ਸਟਰਕਚਰ 'ਤੇ, ਬਟ ਇਫ ਵੀ ਹੈਵ ਟੂ ਟੇਕ ਦ ਪਾਵਰ ਬੈਕ ਇਨ ਆਰ ਹੈਂਡਸ, ਸਾਨੂੰ ਇੱਕ ਇੰਪਲੋਇਮੈਂਟ ਬੇਸ ਅਸਟੈਬਲਿਸ਼ ਕਰਨ ਵਾਲੇ ਪਾਸੇ ਆਪਣਾ ਫੋਕਸ ਪਾਉਣਾ ਚਾਹੀਦਾ ਹੈ। ਵੀ ਟਾਕ ਅਬਾਊਟ ਨੈਚੁਰਲ ਰਿਸੋਰਸਿਸ, ਡਾਕਟਰ ਸਾਹਿਬ ਤੁਸੀਂ ਕਹਿ ਉੱਥੇ ਆ ਰਹੇ ਬਿਲਕੁਲ, ਜਿਹੜਾ ਨਾ ਮਤਲਬ ਆਪਣੇ ਜਿਹੜੇ ਹੈ ਨਾ ਨੈਚੁਰਲ ਸੋਰਸ ਮਿਲਿਆ ਵੀ ਫਿਸ਼ ਦਾ ਬਾਰਡਰ ਬਾਰੇ ਜੀ ਜੀ ਜੀ, ਦੇਖੋ ਬੰਦਾ ਕਹਿੰਦਾ ਚਲੋ ਇੱਥੇ ਵੀ ਕਿੱਥੋਂ ਪੈਸਾ ਆਏਗਾ ਬਣਾਉਣ ਦੇ, ਕੀ ਹੋਏਗਾ, ਕੌਣ ਇੰਪਲਾਇਮੈਂਟ ਬੜੀ ਹੋ ਸਕਦੀ ਹੈ ਨਾਲ। ਇੱਕ ਸੁਰਿੰਦਰ ਸਿੰਘ ਹੈ, ਉਹਨੇ ਹਿਮਾਚਲ ਪ੍ਰਦੇਸ਼ 'ਚ ਨਿੱਕੀ ਜਿਹੀ ਨਦੀ ਦੇ ਉੱਤੇ ਅਰਦਨ ਡੈਮ ਬਣਾ ਕੇ ਬਿਜਲੀ ਪੈਦਾ ਕਰਤੀ,
मेरी उन्होंने गल हुई है वो कल्ले बंदे ने वो बिजली जाके हिमाचल प्रदेश में बेचता है महाराष्ट्र च नहर से कि ड्रग पे लगे हुए ने और पैसा कितों आएगा चरणजीव जेडे के सैकटरी से कर्नाटक के कावेरी रिवर का जिमें अपने डिस्प्यूट है इतों जाता है फिर अगर चला जाता है तमिल कद चला जाता है उन्हें की किया एक ऐसी स्कीम बनाई जिद के हाउ टू यूज वाटर प्रॉपरली डैम करके कुछ अवेलेबल करके और वो सारी की सारी स्कीम बना के वर्ल्ड बैंक नू दिती एंड ही गॉट ए लोन चीपेस्ट पॉसिबल लोन टू बिल्ड दोस थिंग्स बिल्कुल इस तरह ही मैं फड़े नहीं मारदा मेरी भी एक्सपर्टीज है मैं बर्कले पी एच डी की डैम इतने टुटे तो टुटे फड़े जैम जड़ों फड़के खड़े किए ने असं कि असं पंजाब खातिर कुछ कर सकते गे ऑफ कोर्स और सानू हमेशा पानी थल्यों कटना पैना और बिजली पावर पड़ना थर्मल पड़ लेनी पैंती है दुनिया के तख्ते कौन थर्मल पड़ लाता है हेल्थ नाल धोखा पंजाब के बंदे नाल धोखा बिजली थर्मल प्लांट तो लैन का खतरा मतलब भी कोई नहीं मकसद ही कोई नहीं जो कि तुम तो नैचुरल सोर्स पानी का इन्ना ज्यादा है किसी किसी काटी स्टेट को इन्ना होगा और वह पानी ना यूज होंगे ना होर हों उस पानी में यूज कर बिजली का सब कुछ तुहाडे कोल हैगा और एक स्टेप बाय स्टेप करना पड़ेगा क्योंकि एकदम तो नहीं बन सकते सारे ये थल्यों पानी कढ़ना भी घट होएगा हौली हौली करके साड़ी सारा पानी भी बच जाएगा पोल्यूशन भी बचेगी सब कुछ हो जाएगा एनी सैकेंड तो गल सैकेंड हैगा पॉइंट साडा कि मैं जिस गल कह रहा सीगा जी तुसीं दसो भी साडे नैचुरल सोर्सेज क्या सी पानी फिर मैं कहा सीगा साडे कोल एग्रीकल्चर प्रोडक्ट एग्री प्रोडक्ट की ने साडे कोल फॉर एग्जाम्पल लै लो पोटैटो किन्ने होंगे है किन्ने मतलब को कणक तीनों कॉर्डन हम पोटैटो चिप्स की मैं तुम्हें गल दसदा हाँ कि पोटैटो जो किसान ने सड़क पर रोड़ देते यकीन जानो मैं अच्छा ना लैन नहीं मैं शर्म करता मैं पोटैटो चिप्स फैक्ट्री की ब्लू पेंट बना के अपने हथी बल साहब दी चार फैक्ट्रियां लगा दो किसानों जेडे कि कौ आलू सीटी जा रहे हैं सड़क पर उन्होंने इनकम होएगी बच्चों नौकरी मिलेगी फिर दूजी गल आओ हूँ ये तो की जवाब मिले जो ये ब्लू प्रिंट दी थी कहने लावे पर उस बाद पता नहीं की होया गवर्नमेंट बदल गई या की होया अगर रब जानता है मेरा चंगा ही मेंट इट बट कोई कारण होना वो तो यही जानते हैं हो सकता मेरे गवर्नमेंट बदल गई कुछ होर होया आई डोंट नो पर एक चीज हैगी है ऑल आई एम सेइंग इज दिस थिंग इज के सीरियल असं फिर पोटैटो चिप्स किन्ने महंगे खरीदते हैं अभी चलो साढ़े पोटैटो इन्ने होते किसान जो सुटी जा रहे हैं फिर सीरियल कितों लैके आने सीरियल फैक्ट कि कणक होंगी है साढ़े वो ला सकते हैं इतों तक कि जे भी मंगा राम के बिस्कुट राजस्थान च बन के आते जो कि कणक नहीं होंगी बड़ी देर बाद राजपुर डालमी फैक्ट्री बनी साढ़े मेरा मतलब कहता कि कंसिस्टेंट विद आर प्रोडक्ट ब्लैक कॉटन कपाह बॉम्बे की मशहूर है लेकिन साढ़े इलाके मैं बोर तो हाँ साड़ी कॉटन का क्वालिटी कितने ज्यादा है और इन्नी ज्यादा होंगी हूँ तो घट घट कर रहे हैं लोग कि असी कोई भी कलॉथ फैक्टरी नहीं ला सके सारी अहमदाबाद लगती है लगती है आने आराम तुम इदा ही जिमें अपने फर्ज करो है दूजी मैं गल आना हम दूजी गल तीजी गल ये कि साढ़े को जो स्किल्ड बंदे ने हाँ जी स्किल्ड लेबर इंप्लॉयमेंट बेस असं क्रिएट कर सकते हैं किस तरह ने भी दस मैं चंडीगढ़ सीगा साढ़े रिश्ते पैन लगते हैं तो वो उन्होंने प्लम्बिंग खराब हो गई भैया आया ठीक कर भैन जी मैं कह लगे कहते मैं थोड़ा की दसा वीर जी इलैक्ट्रीशियन कहते इलैक्ट्रीशियन तो भैया आंदा प्लम्बिंग तो वो आंदा और अद्धा घंटा काम करके कहते 4000 रुपया दो जी इलैक्ट्रीशियन आंदा वो दिता होर कोई चीज़ खराब इधर हो ना फर्निश कम हो जाए तो वुड वर्क भी तो आंदा है अच्छा सवाल तो पैदा होंगे है we should give our youth skill based and purposeful education aur youth de vich entrepreneurship create karan layi seed money dena chahida hai aur mera proposal eh hega ki we should set up an step up an industrial trust ji dekho ਉਹ ਇੰਡਸਟਰੀਅਲ ਟਰਸਟ ਜਿਹੜਾ ਨਾ ਸੀਡ ਮਨੀ ਦੇਵੇ ਬੱਚਿਆਂ ਨੂੰ ਨੌਜਵਾਨਾਂ ਨੂੰ ਕਿ ਬਈ ਤੂੰ ਮਕੈਨਿਕ ਸ਼ਾਪ ਖੋਲ ਲਾ ਹੁਣ ਮੈਂ ਤੁਹਾਨੂੰ ਦੱਸਦਾ ਗੱਲ ਮੈਂ ਚੰਡੀਗੜ੍ਹ ਤੋਂ ਬਠਿੰਡੇ ਆਇਆ ਹਾਂਜੀ ਕਾਰਾਂ ਇੰਨੀਆਂ ਜ਼ਿਆਦਾ ਪੰਜਾਬ ਵਗਦੀਆਂ ਨੇ ਅਤੇ ਥੋੜ੍ਹੀ ਜਿਹੀ ਕਾਰ ਢਿੱਲੀ ਹੋ ਗਈ ਕੋਈ ਮਕੈਨਿਕ ਸ਼ਾਪ ਨਹੀਂ ਨਾ ਤੁਹਾਨੂੰ ਆਨਲਾਈਨ ਕਿਤੇ ਨਾ ਕਿਤੇ ਵੀ ਨਹੀਂ
तो व्हाट इज रॉन्ग, साडे बच्चों नूं डिग्निटी ऑफ लेबर च आना चाहिए और देर आईटीआई ट्रेनिंग है, लेकिन वो ट्रेनिंग के बावजूद बेचारे को पैसा कोई नहीं है। इस करके सानू नर्सर ट्रस्ट, मैं दसना एग्जाम्पल बैंगलादेश दे विच मोहम्मद यूनस होया, उन्हें की किया सीड मनी लोन किते हाउस वूमन नू टू सेट अप देयर सेल्फ थिंग, और वो इन्ना कामयाब होया कि एंड दे विच उन्हें नोबल प्राइज मिले। इंडस्ट्रियल ट्रस्ट बेटे जी क्रिएट करना कोई मुश्किल नहीं, $1,000 भी जो इन अमीर सिख बैठे पा देने ट्रस्ट च, जां एस जी पी को करोड़ा रुपये है 2 करोड़ रुपये पा देन, तो बच्चों सीड मनी दे एंटरप्रनोर कर भी लै पी, तू इलेक्ट्रिक शॉप कर ला, तू वो कर ला, यू बिलीव इट। ए बच्चे बेचारे बजाय के लुकिंग फॉर गवर्नमेंट जॉब, दे विल क्रिएट जॉब फॉर देमसेल्फ, बजाय इस दे के बाहर भजन जिथे कि बैक बेकिंग कंपन करने बाद मसा के कामयाब होते हैं, जहाँ रेस्टोरेंट जाते हैं, जो वर्ष कैद हो जाते हैं, आपे अपने मुख्य रहने जो पता भी इतने हो सकता है। इस करके साढ़े को दूजी एक होर चीज मेरे दिमाग चुनी आई है, किसी भी मुल्क मैं देखना कि जी टी रोड एंड रेलवे लाइन पैरल चल दिया हूँ, हाँ जी साढ़े है, इफ हाफ ए माइल कॉरीडोर, हाफ ए माइल छठ किया जाए, इन इंडस्ट्रियल बेल्ट कह दो जी, इंडस्ट्रियल बेल्ट कहने के नाल इस चीज के हकदार हो सकते हो इंटरनेशनल गल कि तुम टोटन को दूजे सिविक हांडन को लो भी तोड़िया कारा असं सैबर कर दिया इतने जी, और इन्ना चाह सकता है। नंबर दो, दूजी गल मैं आ गया फ्रूट बारे, लेट मी फिनिश द एंटरप्रेन्योर, हाँ जी, हुण तुम हैरान होंगे कि डाइवर्सीफिकेशन साढ़े दिस अगेन अनप्लॉयमेंट बेस्ड, वो कहते अं करिए तो की करिए, मिनीमम फोर पास नहीं मिलती, मैं तुम दसना चाहना थोड़ा ऑयल सीड देना, हाँ जी 65% इंडिया इंपोर्ट करता है, सरों का दूजा कि ग्राउंड नट ऑयल, दूजा कम कणक का, मूंगफली का, सैसमी का, सरों का, यह सारे के सारे ऑयल इतने ज्यादा महंगे बिकते इंडिया इंपोर्ट करता है। असं की किया 86% ऑफ पंजाब का लैंड वीट एंड पैड़ी से लादा, बाकी बचा नहीं, हम कोई किन्नी कपाकड़ बीजता, कोई तारा मीरा नहीं बीजता, कोई ग्राउंड वर्ड नहीं बीजता, क्योंकि उसकी प्राइस नहीं गई, सानू पता नहीं है जैसे बीजिए उन्होंने। डॉक्टर साहब यू नो तुसी बहुत एक इंपॉर्टेंट गल इत्थे कीती, सानू पता नहीं, राइट, इहदे नाल मैं एक होर जो तुहाडी लिस्ट सीगी, तुहाडे सजेशन सीगे किस तरह असी सुझाव कर सकदे हां, सुधार कर सकदे हां पंजाब दा, वो एक थिंक टैंक दी वी सीगी जिहदे विच कलैक्टिव विजडम होए, इहदे नाल मैं अज प्रोग्राम की समाप्ति करना चाहुंदी हां, बिकॉज यू नो तुसी सानू बहुत एक्शन आइटम्स दित्ते इस डिस्कशन दे विच, तुसी सानू दस्सिया कि उत्थे रहन वाले इत्थे रहन वाले हाई लैवल ते ते एक मामूली आदमी की कुछ कर सकते हैं, राइट, इन प्रॉब्लम्स दे विच किसी ना किसी हद तक एक पॉजिटिव चेंज लैके आने लई। आई वांट टू एंड विद अ थिंक टैंक, व्हाट डज दैट लुक लाइक डॉक्टर साहब, ये जिथे एक कलैक्टिव विजडम हो, जिदा तुसीं कहा सानू पता नहीं सीगा, जिथे जिन्हां नहीं पता वो ये जानकारी लै सकते होन, उन्होंने कोल ऑपरचुनिटी, भावें वो किस तरह तुसी आपका बिजनेस शुरू करना है, किस तरह तुसी टेक्निकल नॉलेज हासिल करनी है, किस तरह तुसी अपने क्रॉप्स नू डाइवर्सीफाई करना है, अपने पानी नू बचाना, अपनी बिजली नू प्रॉपरली यूज करना, ऑल दीज थिंग्स, टेल मी अबाउट द थिंक टैंक एंड ओके, लेट मी सी द कलेक्टिव विजडम। तुसी हैरान होंगे कि IAS IPS सिस्टम इज नॉट इन इंग्लैंड, उते है ही नहीं कि IAS टेस्ट लो जी, लोग नहीं, they don't even have this kind of thing, they don't even have those chief secretaries, इस मुल्क चीफ प्रॉब्लम सारा यह है कि ब्यूरोक्रेसिक सिस्टम के नाल होया की पिया कि जेडे जेडे विधायक ने दूजे पास ब्यूरोक्रेट ने सैक्टरी ने वो समटाइम वो अपनी दिखाते जब वो अपनी दिखाते हैं इन्होंने आपके चक्कर के कोई भी जिन्होंने कहते ना सीजन डिसीजन नहीं लिया जाता, वो सिर्फ कलैक्टिव विजडम ही ले सकती है। जे साडे कोल फोकस होवे भी इकोनॉमिक इशू है, कलैक्टिव विजडम दे साडे कोल इकोनॉमिक एक्सपर्ट बैठे ने पाई उन्होंने दो पहला, कोई पोलिटिकल कर उन्होंने दो पहला, कोई आ गया जी एनवायरमेंटल प्रॉब्लम आ गया लो भी साडा कलैक्टिव विजडम चार पांच बंदे बैठे एक्सपर्ट उन्होंने दो, मेडिकल एड प्रॉब्लम आ गई उन्होंने दो, वो जिहड़े सैल ने ना थिंक टैंक दे वो क्रिएट होने चाहिए ने, वो क्रिएट होण नहीं दिंदे क्योंकि इन्हां दी पावर चली जांदी है। अमेरिका दे विच देखो तुहानूं दस्सां सैकटरी पता
secretary means they are actually ministers, secretary of interior, secretary of this, commerce, secretary of transportation. Yeah. They are the one. Yeah. Secretary. ਸਾਡੇ ਮੁੱਖ ਸੈਕਟਰੀ ਪਤਾ ਕੀ ਨੇ ਜਿਹੜੇ ਕਿ ਉਹ ਇੱਕ ਤਰ੍ਹਾਂ ਦੇ ਨਾ ਹਾਈ ਲੈਵਲ ਕਲਰਕ ਨੇ ਬਟ ਪਾਵਰ ਆ ਉਹਨਾਂ ਕੋਲੇ ਉਹ ਕੁੰਡ ਮਾਰਦੇ ਨੇ ਤੇ ਐਮ ਐਲ ਏ ਨੂੰ ਦਿੰਦੇ ਨੇ ਜਾਂ ਕੈਬਨਿਟ ਦੇ ਮਿਨਿਸਟਰ ਨੂੰ ਦਿੰਦੇ ਨੇ ਅੱਗਾਂ ਚੱਲਦੇ ਨੇ ਕੁਐਸਚਨ ਦਾ ਪ੍ਰੋਬਲਮ ਇਸ ਦਿਸ ਕਿ ਇਹਦੇ ਨਾਲ ਥਿੰਕ ਟੈਂਕ ਐਕਸਪਰਟ ਐਡਵਾਈਸ ਇਜ਼ ਨਾਟ ਐਡਮਿਨਿਸਟ੍ਰੇਟਿਵ ਡਿਸੀਜ਼ਨ ਇਜ਼ ਟੇਕਨ ਫਸਟ ਐਂਡ ਟੈਕਨੀਕਲ ਲੀਡਰ ਕਹਿੰਦੇ ਅੱਜ ਕੱਲ੍ਹ ਦੇ ਪੋਲੀਟੀਸ਼ੀਅਨ ਇੰਨੇ ਸਮਾਰਟ ਨੇ ਉਹ ਬ੍ਰਿਜ ਬਣਾ ਦੇਣਗੇ ਜਿੱਥੇ ਕੋਈ ਰਿਵਰ ਵੀ ਨਹੀਂ ਹੈ ਪੈਸੇ ਇਕੱਠੇ ਕਰ ਲੈਣਗੇ ਔਰ ਜੇ ਜੇ ਕਲੈਕਟਿਵ ਵਿਜ਼ਨ ਹੋਵੇ ਤਾਂ ਮੈਂ ਤੁਹਾਨੂੰ ਦੱਸਦਾ ਬੜੀ ਸਿੰਪਲ ਚੀਜ਼ ਉਹ ਕਿਸਾਨ ਦੇ ਜੋ ਤੁਸੀਂ ਸਬਜ਼ੀਆਂ ਉਗਾਓ ਸਭ ਕਰੋ ਕੇ ਸੀ ਸਿੰਘ ਗੱਲ ਇੰਟਰਵਿਊ ਹੋਇਆ ਸੀਗਾ ਉਹ ਮਿਡਲ ਈਸਟਰਨ ਕੰਟਰੀ 'ਚ ਰਿਹਾ ਬੈਸਟ ਉਹਨੇ ਮੇਰੀ ਗੱਲ ਹੋਈ ਮੈਂ ਕਿਹਾ ਜੀ ਮੈਂ ਅਬੋਹਰ ਤੋਂ ਆਉਂਦਾ ਤੁਸੀਂ ਸੋਚੋ ਹੁਣ ਤੁਸੀਂ ਅਬੋਹਰ ਤੋਂ ਬੀਕਾਨੇ ਬਿਕਨ ਰਾਜਸਥਾਨ ਕਰਕੇ ਅਰੇਬੀਆ ਪਹੁੰਚ ਸਕਦੇ ਹਾਂ ਅਸੀਂ ਟਰੱਕ ਦੇ ਕਿੰਨੇ ਆ ਸਾਡੇ ਬੰਦੇ ਰਾਤੀ ਟਰੱਕ ਟਰੱਕ ਟਰੈਕਟਰ ਆਪਣੇ ਟਰੱਕ ਚਲਾਉਣ ਆਪਣੇ ਬੰਦੇ ਉੱਥੇ ਪਹੁੰਚ ਸਕਦਾ ਸਾਰੀਆਂ ਸਬਜ਼ੀਆਂ ਲੋ ਦੋਸਤ ਜੇ ਗੁਜਰਾਤ ਅਰੇਬੀਅਨ ਸੀ ਦੇ ਥਰੂ ਵੇਚ ਸਕਦਾ ਜੀ ਅਸੀਂ ਕਿਉਂ ਨਹੀਂ ਵੇਚ ਸਕਦੇ ਐਬਸੋਲੂਟਲੀ ਉਗਾਓ 8 ਰੁਪਏ ਦਾ ਗੋਭੀ ਦਾ ਫੁੱਲ 400 ਰੁਪਏ ਚ ਵਿਕੇਗਾ ਯਾ ਉਹ ਲੱਦੋ ਉਹਨਾਂ ਟਰੱਕਾਂ ਚ ਤੇ ਬੀਕਾਨੇਰ ਦੇ ਗੁਰਦੇ ਹੁੰਦੇ ਤੇ ਲੋ ਜਾ ਪਹੁੰਚੋ ਉੱਥੇ ਅਰੇਬੀਅਨ ਸੀ ਤੇ ਟੀਸੀ ਸਿੰਘ ਕਹਿੰਦਾ ਕੇਸੀ ਸਿੰਘ ਕਹਿੰਦਾ ਮੈਂ ਉੱਥੇ ਜਾਊਂਗਾ ਡਾਇਵਰਸਿਫਿਕੇਸ਼ਨ ਪੋਸੀਬਲ ਹੈ ਐਬਸੋਲੂਟਲੀ ਬਜਾਏ ਇਸ ਦੇ ਕਿ ਅਸੀਂ ਮਿਨੀਮਮ ਸਵੈਲਫ ਮਿਨੀਮਮ ਸਟੇਜ ਪ੍ਰਾਈਸ ਪੰਜਾਬ ਸ਼ੁਡ ਗਿਵ ਇਸ ਬੜਾ ਲੰਬਾ ਇਸ਼ੂ ਹੈਗਾ ਕਿਉਂਕਿ ਸਭ ਕੋਲ ਟਾਈਮ ਹੈ ਨਹੀਂਗਾ ਆਲ ਆਈ ਐਮ ਸੇਇੰਗ ਇਸ ਦਿਸ ਥਿੰਗ ਦੈਟ ਵੀ ਸ਼ੁਡ ਗੈਟ ਆਊਟ ਆਫ ਦਿਸ ਬਿਊਰੋਕ੍ਰੈਟਿਕ ਸਿਸਟਮ ਇੱਕ ਮੇਕਸ ਐਨ ਐਂਟਰੀ ਸੈਕਿੰਡ ਮੇਕਸ ਅਨਦਰ ਐਂਟਰੀ ਥਰਡ ਮੇਕਸ ਕਾਊਂਟਰ ਕਾਊਂਟਰ ਐਂਟਰੀ ਰਿਵੋਲਵਿੰਗ ਡੋਰ ਬਣ ਗਿਆ ਰਿਵੋਲਵਿੰਗ ਡੋਰ ਬਣ ਗਿਆ ਆਈ ਮੀਨ ਇਟਸ ਯੂ ਨੋ ਐਂਡ ਐਂਡ ਸੌਰੀ ਅਬਾਊਟ ਦੈਟ ਦੇਰ ਆਰ ਹੰਡਰਡ ਅਦਰ ਥਿੰਗਸ ਬਿਟਵੀਨ ਮੇਰੇ ਮਾਈਂਡ ਚ ਆ ਜਾਂਦੀਆਂ ਨੇ But no. I'm so sorry. No, no, please, Dr. Saab, do not apologize. Today, sorry, Kanda, koi tusi ithe oh, bilkul jaiz nahi hai. In fact, we are grateful ke tusi inne jazbata de naal sanu na ke sirf problems bare, but more importantly, solutions bare dasya. I mean, it just leads me to the final thought here, right? Ke problems nu lai ke rona, complain karna, unhan de bare gal karna, bahut bahut saukha hai. But solutions nu samajhna te una de kam karna bahut aukha hai but unfortunately you know the hard work is what brings about positive change and positive results so agar punjab da dard hai kisi nu bhi then they should be willing to work hard to solve its problems dr sukhmandir singh ji thank you so much I wish we had more time dr sab zarur wapas aao asmita ji main dassna chahuna ki main khud farmer da bachcha ਮੈਂ ਇੰਜੀਨੀਅਰਿੰਗ ਕਾਲਜ ਪੜ੍ਹਦਾ ਹੋਈ ਹਾੜੀ ਬਣਾਉਂਦਾ ਰਿਹਾ ਮੈਂ ਸਾਰੇ ਹਲਵਾਏ ਨੇ ਮੈਂ ਈਵਨ ਚਰਨੇ ਚੁਗਨ ਲੱਦ ਕੇ ਊਠ ਤੇ ਲੱਦੇ ਹੋਏ ਨੇ ਕੋਈ ਘੱਟ ਬੱਚ ਕਰ ਸਕਦਾ ਹੈਗਾ ਮੇਰੇ ਹੱਡਾਂ 'ਚ ਪੰਜਾਬ ਦੀ ਫਾਰਮਿੰਗ ਰਚਿਆ ਹੋਇਆ ਇਸ ਕਰਕੇ ਮੈਂ ਜੋ ਪ੍ਰਿਪੇਸ਼ ਕੀਤਾ ਹੈ ਕਿਸੇ ਨੂੰ ਮਤ ਦੇਣ ਪਰ ਨਹੀਂ ਕਿਹਾ ਮੇਰੀ ਆਪਣੇ ਅੰਦਰ ਦੀ ਆਵਾਜ਼ ਹੈ ਹੋਰ ਮੈਂ ਬੜਾ ਕੁਛ ਕਹਿੰਦਾ ਕਰਦਾ ਉਹ ਮੈਂ ਸ਼ੇਅਰ ਕੀਤੀ ਹੈ ਮੈਂ ਤਾਂ ਕੋਈ ਪੁਲਚਿਕ ਹੋ ਗਈ ਤਾਂ ਸਭ ਤੋਂ ਮਾਫ਼ੀ ਮੰਗਦਾ Vaheguru ji ki fateh. Thank you so much once again, Dr. Sukhmandir Singh ji. Always a pleasure. Ede naal hi main viewers nu dasna chahundi haan. We discussed this program de vich bahut jyada topics nu discuss kita gaya. I'm sure ke tuhade questions, comments, concerns jaroor hone hain. And main teh vi kehna chahundi haan ki eh jo topics assi ajj discuss kite koi ik wari da episode nahi siga, ik wari da mudda nahi siga. Eh ta lagataar sade itthe hamesha mudda rehna hai. Jadon Punjab di gal hundi hai sade layi oh sab to important ਮੁੱਦਾ ਬਣ ਕੇ ਰਹਿਣਾ ਇੱਥੇ ਹਾਂਜੀ 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 ਡਾਕਟਰ ਸਾਹਿਬ ਹਾਂਜੀ ਮੈਂ 30 ਸੈਕਿੰਡ ਲੈਣਾ ਚਾਹੁੰਦਾ ਤੁਹਾਨੂੰ ਉਹ ਗੱਲ ਮੈਂ ਟੱਚ ਕਰਨਾ ਚਾਹੁੰਦਾ ਕਿਉਂਕਿ ਮੈਨੂੰ ਪਤਾ ਹੈ ਮੇਰੇ ਰਿਸ਼ਤੇਦਾਰ ਬਹੁਤ ਇਸ ਕਰਕੇ ਮਰ ਗਏ ਨੇ ਸ਼ਰਾਬ ਕਰਕੇ ਅੱਜ ਦੀ ਗਵਰਨਮੈਂਟ ਕਹਿੰਦੀ ਹੈ ਕਿ ਸ਼ਰਾਬ ਕਰਕੇ ਸਾਡਾ ਰੈਵਨਿਊ ਆਉਂਦਾ ਮੈਂ ਦੱਸਣਾ ਚਾਹੁੰਦਾ ਅੰਕੜੇ ਇਕੱਠੇ ਕਰੋ ਸ਼ਰਾਬ ਰਿਲੇਟਡ ਐਕਸੀਡੈਂਟ ਸ਼ਰਾਬ ਰਿਲੇਟਡ ਬਿਮਾਰੀਆਂ ਸ਼ਰਾਬ ਰਿਲੇਟਡ ਮੁਕੱਦਮੇ ਸ਼ਰਾਬ ਰਿਲੇਟਡ ਦੋਸ ਥਿੰਗਸ ਉਹ ਸਾਰੇ ਖਰਚੇ ਇਕੱਠੇ ਕਰੋ ਨਾ ਤੇ ਕਿਤੇ ਜ਼ਿਆਦਾ ਹੈਗਾ ਇਹ ਜਨ ਰੈਵਨਿਊ ਇਹ ਲੋਕ ਦੇ ਆਰ ਨਾਟ ਟ੍ਰਾਈਂਗ ਟੂ ਹੈਲਪ ਯੂ ਦੇ ਰੋਬ ਯੂ ਪੀਪਲ ਆਫ ਪੰਜਾਬ I completely agree with you Dr. Saab I'm so glad and you know jo sharab ka hai eh ta pura episode ho sakda I mean there's so many things to mention that you know the but mainu ta rona aunda ke punjab de vich theke zyada ne ਤੇ ਸਪੋਰਟਸ ਫੈਸਿਲਿਟੀਆਂ ਉਹਨਾਂ ਨਾਲ ਅੱਧੇ ਵੀ ਨਹੀਂ
समाप्ति कर दिया जरूर ना कि सिर्फ उन प्रॉब्लम बारे सोचो बट सोल्यूशन बारे भी सोचो एंड सिर्फ सोचो ही नहीं उन्होंने बारे डिस्कशन करो तो कुछ एक्शन लवो ये प्रोग्राम की समाप्ति कर दें साढ़े कोई क्वेश्चन कॉमेंट्स कंसर्न सू लिख सकते हो इनफॉर जस्ट ब्रॉडकास्टिंग .com ashmita@justbroadcasting.com हुन मैनूं दिओ इजाजत सत श्री अकाल।